ਰਾਣੋ ਤੇ ਇਸ ਕਹਾਣੀ ਦੇ ਲੇਖਕ ਹਨ ਰਘਵੀਰ ਵੜੈਚ। ਪੇਸ਼ ਹੈ ਅੱਜ ਦੀ ਕਹਾਣੀ। ਅੱਜ ਏਅਰਪੋਰਟ ਦੇ ਅੰਦਰੋਂ ਜਦੋਂ ਰਾਣੋ ਨੇ ਕੱਚ ਦੀਆਂ ਦੀਵਾਰਾਂ ਵਿੱਚੋਂ ਬਾਹਰ ਝਾਤੀ ਮਾਰੀ ਤਾਂ ਉਸਨੂੰ ਬਾਹਰ ਖੜੀ ਆਪਣੀ ਮਾਂ ਭੀਰੋ ਨਜ਼ਰ ਪਈ। ਅੱਜ ਜਿੰਨੀ ਇਕੱਲੀ, ਬੇਬਸ, ਕਮਜ਼ੋਰ ਉਸਨੇ ਆਪਣੀ ਮਾਂ ਨੂੰ ਕਦੇ ਨਹੀਂ ਸੀ ਦੇਖਿਆ। ਉਹ ਜਿਵੇਂ ਜਿਵੇਂ ਅੱਗੇ ਕਦਮ ਧਰਦੀ ਸੀ, ਯਾਦਾਂ ਉਸਨੂੰ ਹੋਰ ਪਿੱਛੇ ਲੈ ਕੇ ਜਾ ਰਹੀਆਂ ਸਨ। ਉਸਨੂੰ ਯਾਦ ਆ ਰਿਹਾ ਸੀ ਕਿ ਕਿਵੇਂ ਉਸਦੀ ਮਾਂ ਨੇ ਛੋਟੀ ਉਮਰੇ ਹੀ ਉਸਨੂੰ ਚੁੰਨੀ ਲੈਣ ਦਾ ਸਲੀਕਾ ਸਿਖਾ ਦਿੱਤਾ ਸੀ। ਇੱਕ ਵਾਰ ਰਾਣੋ ਦਾ ਬਾਪੂ ਘਰੋਂ ਰੁੱਸ ਕੇ ਗਿਆ ਤਾਂ ਉਹ ਕਦੇ ਪਰਤਿਆ ਹੀ ਨਹੀਂ। ਉਸ ਤੋਂ ਬਾਅਦ ਘਰ ਵਿੱਚ ਸਿਰਫ ਬੀਰੋ ਤੇ ਰਾਣੋ ਹੀ ਰਹਿ ਗਈਆਂ ਸਨ। ਬੀਰੋ ਰਾਣੋ ਨੂੰ ਹਮੇਸ਼ਾ ਲੁਕੋ ਕੇ ਰੱਖਦੀ। ਉਹ ਅਕਸਰ ਕਹਿੰਦੀ ਰਹਿੰਦੀ, ਰਾਣੋ ਤੇਰੀ ਚੁੰਨੀ ਕਿੱਥੇ ਆ? ਧੀਏ ਸਿਰ ਕੱਜ ਕੇ ਰੱਖੀਦਾ, ਜਿਨ੍ਹਾਂ ਦੇ ਸਿਰ ਤੇ ਬਾਪ ਨਹੀਂ ਹੁੰਦਾ ਉਹ ਧੀਆਂ ਬਹੁਤ ਰੜਕਦੀਆਂ ਲੋਕਾਂ ਦੀਆਂ ਅੱਖਾਂ ਵਿੱਚ। ਰਾਣੋ ਉਦੋਂ ਬਹੁਤ ਛੋਟੀ ਸੀ, ਉਸਨੂੰ ਤਾਂ ਇਹ ਵੀ ਸਮਝ ਨਹੀਂ ਸੀ ਆਉਂਦਾ ਹੁੰਦਾ ਕਿ ਮਾਂ ਕੀ ਇਸ਼ਾਰੇ ਕਰ ਰਹੀ ਹੈ। ਰਾਣੋ ਦੀ ਮਾਂ ਉਸਨੂੰ ਆਪ ਸਕੂਲ ਲੈਣ ਜਾਂਦੀ ਤੇ ਆਪ ਹੀ ਛੱਡ ਕੇ ਆਉਂਦੀ। ਬੀਰੋ ਲਈ ਰਾਣੋ ਹੀ ਉਸਦੀ ਜ਼ਿੰਦਗੀ ਸੀ ਤੇ ਉਹ ਪਰਛਾਵੀਂ ਦੀ ਤਰ੍ਹਾਂ ਉਸਨੂੰ ਲਿਪਟੀ ਰਹਿੰਦੀ। ਰਾਣੋ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਨਿਕਲੀ, ਹਮੇਸ਼ਾ ਪਹਿਲੇ ਦਰਜੇ ਵਿੱਚ ਜਮਾਤ ਪਾਸ ਕਰਦੀ। ਵਜ਼ੀਫਾ ਲੱਗ ਗਿਆ ਸੀ ਉਸਨੂੰ। ਪਿੰਡ ਦੇ ਮਾਸਟਰ ਨੇ ਜਦੋਂ ਕਦੇ ਵੀ ਮਿਲਣਾ ਤਾਂ ਉਸਨੇ ਹਰ ਵਾਰ ਕਹਿਣਾ, ਬੀਰੋ ਕੁੜੇ ਕੁੜੀਏ ਤੂੰ ਰਾਣੋ ਨੂੰ ਬਹੁਤ ਪੜ੍ਹਾਈ, ਦੇਖੀ ਇੱਕ ਦਿਨ ਤੇਰੀ ਤਕਦੀਰ ਬਦਲ ਦੇਵੇਗੀ ਤੇਰੀ ਧੀ। ਹੁਣ ਰਾਣੋ 10ਵੀਂ ਪਾਸ ਕਰ ਗਈ ਸੀ। ਇੱਕ ਦਿਨ ਉਹ ਕਹਿਣ ਲੱਗੀ, ਬੇਬੇ ਹੁਣ ਮੈਂ ਇਕੱਲੀ ਸਕੂਲ ਜਾਇਆ ਕਰੂੰ, ਸਾਰੀਆਂ ਕੁੜੀਆਂ ਮੈਨੂੰ ਛੇੜਦੀਆਂ ਨੇ, ਮੈਨੂੰ ਬਹੁਤ ਸ਼ਰਮ ਆਉਂਦੀ ਆ ਜਦੋਂ ਤੂੰ ਮੈਨੂੰ ਸਕੂਲ ਲੈਣ ਆਉਂਦੀ ਹੈ। ਵੀਰੋ ਨੂੰ ਲੱਗਿਆ ਜਿਵੇਂ ਉਸਦੀ ਰੂਹ ਅੱਡ ਹੋਣ ਦੀ ਗੱਲ ਕਰ ਰਹੀ ਹੋਵੇ। ਉਹਦੇ ਉੱਤੇ ਪੱਥਰ ਰੱਖ ਕੇ ਬੋਲੀ, ਚੰਗਾ ਸੀ ਇਹ। ਮਾਂ ਨੂੰ ਉਦਾਸ ਦੇਖ ਕੇ ਰਾਣੋ ਨੇ ਮਾਂ ਨੂੰ ਜੱਫੀ ਵਿੱਚ ਲੈ ਲਿਆ ਤੇ ਕਹਿਣ ਲੱਗੀ, ਬੇਬੇ ਯਕੀਨ ਰੱਖ ਆਪਣੇ ਪੁੱਤ ਤੇ, ਤੈਨੂੰ ਕੋਈ ਉਲਾਂਭਾ ਨਹੀਂ ਆਊ, ਮੈਂ ਕੋਈ ਐਸਾ ਕੰਮ ਨਹੀਂ ਕਰੂੰ ਜਿਸ ਨਾਲ ਤੇਰਾ ਸਿਰ ਝੁੱਕ ਜਾਵੇ। ਪਤਾ ਹੀ ਨਹੀਂ ਲੱਗਿਆ ਕਦੋਂ ਰਾਣੋ ਪਲੱਸ ਟੂ ਕਰਕੇ ਆਇਲਟਸ ਦੀ 7 ਬੈਂਡ ਨਾਲ ਕਰ ਗਈ। ਆਇਲਟਸ ਦੇ ਸਕੂਲ ਤੋਂ ਰਮੇਸ਼ ਘਰ ਆਇਆ ਤੇ ਵੀਰੋ ਨੂੰ ਕਹਿਣ ਲੱਗਾ, ਆਂਟੀ ਜੀ ਤੁਹਾਡੀ ਬੇਟੀ ਬਹੁਤ ਹੁਸ਼ਿਆਰ ਹੈ, ਜੇ ਤੁਸੀਂ ਇਸਨੂੰ ਬਾਹਰ ਪੜ੍ਹਨਾ ਭੇਜਣਾ ਚਾਹੁੰਦੇ ਹੋ ਤਾਂ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ। ਵੀਰੋ ਬੋਲੀ, ਕੀ ਮਤਲਬ ਹੈ ਤੁਹਾਡਾ? ਉਹ ਅੱਗੋਂ ਬੋਲਿਆ, ਜੀ ਮੈਨੂੰ ਗਲਤ ਨਾ ਸਮਝਣਾ, ਮੇਰੇ ਕੋਲ ਇੱਕ ਪਰਿਵਾਰ ਹੈ ਬਹੁਤ ਪੈਸੇ ਵਾਲਾ, ਰਾਣੋ ਉਹਨਾਂ ਦੇ ਲੜਕੀ ਨੂੰ ਵਿਆਹ ਕੇ ਨਾਲ ਕੈਨੇਡਾ ਲੈ ਜਾਵੇ, ਉਹ ਰਾਣੋ ਦੀ ਸਾਰੀ ਪੜ੍ਹਾਈ ਦਾ ਖਰਚਾ ਚੁੱਕਣ ਨੂੰ ਤਿਆਰ ਹਨ। ਪਤਾ ਨਹੀਂ ਕਿਹੋ ਜਿਹਾ ਮੁੰਡਾ, ਮੈਂ ਬਗੈਰ ਦੇਖਿਆ ਕਿਵੇਂ ਹਾਂ ਕਰ ਦੇਵਾਂ? ਵੀਰੋ ਬੋਲੀ ਤੇ ਅੱਗੋਂ ਉਹ ਝੱਟ ਹੀ ਬੋਲਿਆ, ਜੀ ਕਿਹੜਾ ਸੱਚੀ ਵਿਆਹ ਕਰਨਾ ਹੈ? ਕੈਨੇਡਾ ਪਹੁੰਚ ਕੇ ਮੁੰਡਾ ਆਪਣੀ ਭੈਣ ਦੇ ਘਰ ਰਹੇਗਾ, ਤੁਹਾਡੀ ਬੇਟੀ ਆਪਣਾ ਅੱਡ ਰਹੇਗੀ। ਵੀਰੋ ਕਹਿਣ ਲੱਗੀ, ਮੈਂ ਕਿਸੇ ਸਿਆਣੇ ਨਾਲ ਗੱਲ ਕਰਕੇ ਦੱਸੂ ਭਾਈ ਤੈਨੂੰ। ਵੀਰੋ ਮਾਸਟਰ ਜੀ ਦੇ ਕੋਲ ਗਈ ਸਲਾਹ ਕਰਨ ਤਾਂ ਮਾਸਟਰ ਜੀ ਨੇ ਅੱਗੋਂ ਹਾਂ ਕਰ ਦਿੱਤੀ, ਨਾਲੇ ਸਲਾਹ ਦਿੱਤੀ ਵੀਰੋ ਉੱਥੇ ਰਹਿਣ ਦੇ ਖਰਚੇ ਦੀ ਵੀ ਗੱਲ ਕਰ ਲਵੀਂ। ਜਦੋਂ ਵੀਰੋ ਨੇ ਰਮੇਸ਼ ਨੂੰ ਕਿਹਾ ਕਿ ਉੱਥੇ ਰਹਿਣ ਦਾ ਖਰਚਾ ਵੀ ਦੇਣਾ ਪੈਣਾ ਤਾਂ ਰਮੇਸ਼ ਕਹਿਣ ਲੱਗਾ, ਆਂਟੀ ਜੀ ਮੈਂ ਤੁਹਾਨੂੰ 30 ਲੱਖ ਰੁਪਏ ਦਵਾ ਦਿੰਦਾ ਹਾਂ, ਸਭ ਕੁਝ ਹੋ ਜਾਣਾ ਇੰਨੇ ਪੈਸਿਆਂ ਨਾਲ, ਬਸ ਤੁਸੀਂ 2 ਲੱਖ ਵਿੱਚੋਂ ਮੈਨੂੰ ਦੇ ਦੇਣੇ ਆ। ਇੰਨੇ ਪੈਸਿਆਂ ਦੀ ਗੱਲ ਸੁਣ ਕੇ ਵੀਰੋ ਨੇ ਵੀ ਝੱਟ ਹਾਂ ਕਰ ਦਿੱਤੇ। ਰਾਣੋ ਅੰਦਰ ਬੈਠੀ ਸਭ ਸੁਣ ਰਹੀ ਸੀ। ਉਹ ਹੈਰਾਨ ਸੀ ਕਿ ਵੀਰੋ ਜਿਸਨੇ ਉਸਨੂੰ ਕਦੇ ਵੀ ਅੱਡ ਨਹੀਂ ਸੀ ਕੀਤਾ ਉਸਨੇ ਕਿਵੇਂ ਹਾਂ ਕਰ ਦਿੱਤੇ। ਰਾਣੋ ਨੂੰ ਯਾਦ ਆ ਰਿਹਾ ਸੀ ਕਿ ਕਿਵੇਂ ਹਮੇਸ਼ਾ ਸੱਚ ਤੇ ਖੜਨਾ ਸਿਖਾਉਣ ਵਾਲੀ ਮਾਂ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਉਸਦੀਆਂ ਝੂਠੀਆਂ ਲਾਵਾਂ ਪੜ੍ਹਾਈਆਂ ਸਨ। ਇੰਨੇ ਨੂੰ ਉਸਦੀ ਆਰਜੀ ਘਰ ਵਾਲੇ ਨੇ ਉਸਨੂੰ ਕਲਾਵੇ ਵਿੱਚ ਲੈ ਕੇ ਕਿਹਾ, ਰਾਣੋ ਇੱਥੇ ਥਾਂ ਥਾਂ ਤੇ ਕੈਮਰੇ ਲੱਗੇ ਨੇ, ਇਮੀਗ੍ਰੇਸ਼ਨ ਵਾਲੇ ਨਿਗਾਹ ਰੱਖਦੇ ਨੇ, ਤੂੰ ਮੇਰੇ ਨਾਲ ਲੱਗ ਕੇ ਰਹਿ। ਉਹ ਉਸਨੂੰ ਇਮੀਗ੍ਰੇਸ਼ਨ ਦਾ ਡਰਾਵਾ ਦੇ ਕੇ ਉਸਦੇ ਅੰਗਾਂ ਨੂੰ ਟੋਰ ਰਿਹਾ ਸੀ। ਰਾਣੋ ਦੇ ਇਤਰਾਜ਼ ਕਰਨ ਤੇ ਉਹ ਬੋਲਿਆ, 30 ਲੱਖ ਦਿੱਤਾ ਹੈ, ਹੁਣ ਡਰਾਮਾ ਤਾਂ ਕਰਨਾ ਹੀ ਪੈਣਾ। ਕਿਵੇਂ ਅੱਖ ਦੇ ਫੋਰੇ ਵਿੱਚ ਸੱਚਾਈ ਤੋਂ ਉਸਦੀ ਜ਼ਿੰਦਗੀ ਡਰਾਮੇ ਵਿੱਚ ਬਦਲ ਗਈ ਸੀ। ਉਹ ਹੈਰਾਨ ਸੀ, ਉਸਨੂੰ ਲੱਗ ਰਿਹਾ ਸੀ ਬਾਹਰ ਉਸਦੇ ਮਾਂ ਦੇ ਆਦਰਸ਼ਾਂ ਦੀ ਹਾਰ ਹੋਈ ਹੈ ਤੇ ਅੰਦਰ ਉਸਦੀ ਲਿਆਕਤ ਦੀ ਹਾਰ ਹੋਈ ਹੈ।
ਪੈਸੇ ਵਾਲਿਆਂ ਦਾ ਨਲਾਇਕ ਪੁੱਤ ਜੋ ਆਪ ਆਇਲਸ ਵੀ ਪਾਸ ਨਹੀਂ ਕਰ ਸਕਿਆ, ਅੱਜ ਉਸ ਸਿਰੇ ਦੇ ਵਿਗੜੇ ਹੋਏ ਅਮੀਰਜ਼ਾਦੇ ਨਾਲ ਉਸਨੂੰ ਤੋੜ ਦਿੱਤਾ ਗਿਆ, ਜਿਸ ਨੂੰ ਕਦੇ ਲੋਕਾਂ ਦੀਆਂ ਨਜ਼ਰਾਂ ਤੋਂ ਵੀ ਮਹਿਫੂਜ਼ ਰੱਖਿਆ ਗਿਆ ਸੀ। ਉਹ ਭਾਰੀ ਕਦਮਾਂ, ਅਥਰੂ ਭਰੀਆਂ ਅੱਖਾਂ ਦੇ ਨਾਲ ਪਤਾ ਨਹੀਂ ਕਿਸ ਮੁਕਾਮ ਦੇ ਵੱਲ ਤੁਰ ਰਹੀ ਸੀ। ਜਿਵੇਂ ਜਿਵੇਂ ਉਹ ਉਸਨੂੰ ਛੂਹ ਰਿਹਾ ਸੀ ਤੇ ਉਹ ਮਜਬੂਰ ਹੋਈ ਸੋਚ ਰਹੀ ਸੀ ਕਿ ਨਵੇਂ ਤਰ੍ਹਾਂ ਦਾ ਹਫਜ ਦਾ ਬਾਜ਼ਾਰ ਪੈਦਾ ਹੋਇਆ ਹੈ ਜੋ ਸਮਾਜ ਨੂੰ ਵੀ ਕਬੂਲ ਹੈ, ਜਿਸ ਵਿੱਚ ਮਾਪੇ ਧੀਆਂ ਨੂੰ ਆਪ ਤੋਰ ਰਹੇ ਨੇ। ਉਸਨੇ ਕਿਤੇ ਵੜੈਤੀਆਂ ਸਤਰਾਂ ਪੜੀਆਂ ਸਨ, ਉਸਨੂੰ ਬਹੁਤ ਯਾਦ ਆ ਰਹੀਆਂ ਸਨ ਕਿ ਜਦੋਂ ਦਰਾਂ ਦੀਆਂ ਚੀਖਾਂ ਚ ਕੋਈ ਫੁੱਲ ਨਜ਼ਰ ਪਿਆ, ਜਦੋਂ ਦਰਾਂ ਦੀਆਂ ਚੀਖਾਂ ਚ ਕੋਈ ਫੁੱਲ ਨਜ਼ਰ ਪਿਆ, ਕਿੰਨੀ ਜਲਦੀ ਬੇਸਬਰਿਆਂ ਦਾ ਟੁੱਟ ਸਬਰ ਗਿਆ। ਜੀ, ਕਹਾਣੀ ਇੱਥੇ ਖਤਮ ਹੁੰਦੀ ਹੈ। ਧੰਨਵਾਦ ਜੀ। ਸੰਦੀਪ, ਜਿਹੜੀ ਕਹਾਣੀ ਹੈ ਇਹ ਬਿਲਕੁਲ ਅੱਜ ਦਾ ਬਿਰਤਾਂਤ ਹੈ, ਸੱਚਾਈ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਜੋ ਕੁਛ ਹੋ ਰਿਹਾ ਹੈ ਬਿਲਕੁਲ ਅਜੋਕੇ ਸਮੇਂ ਦੀ ਕਹਾਣੀ ਹੈ ਕਿ ਕਿਸ ਤਰ੍ਹਾਂ ਅੱਜ ਕੱਲ੍ਹ ਜਿਹੜੀਆਂ ਲੜਕੀਆਂ ਨੇ ਇਹਨਾਂ ਹੋਣ ਦੇ ਬਾਵਜੂਦ ਵੀ ਜਿਹੜਾ ਜੀ ਕਈ ਵਾਰੀ ਬੇਵਸੀ ਦੀ ਉਹ ਸ਼ਿਕਾਰ ਹੁੰਦੀਆਂ ਨੇ, ਔਰ ਉਹਨਾਂ ਦੀਆਂ ਖਾਹਿਸ਼ਾਂ ਦੇ ਵਿਰੁੱਧ ਬਹੁਤ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਜਿਹਨਾਂ ਦਾ ਕਰਕੇ ਉਹਨਾਂ ਦਾ ਜੀਵਨ ਜਿਹੜਾ ਜੀ ਇੱਕ ਪਾਸੇ ਨੂੰ ਹੋ ਤੁਰਦਾ ਹੈ, ਔਰ ਉਸ ਤੋਂ ਬਾਅਦ ਜਦੋਂ ਇਹੋ ਜਿਹੇ ਹਾਦਸੇ ਜ਼ਿੰਦਗੀ ਦੇ ਵਿੱਚ ਵਾਪਰਦੇ ਨੇ ਜੀ, ਜਦੋਂ ਕਹਿੰਦੇ ਹੁੰਦੇ ਕਿ ਧੀ ਧਿਆਣੀ ਕਿਸੇ ਬੱਚੀ ਦੇ ਸਦਰਾਂ ਨੂੰ ਜਿਹੜਾ ਰੋਲਿਆ ਜਾਂਦਾ ਹੈ, ਤੇ ਉਸ ਤੋਂ ਬਾਅਦ ਉਹ ਜਿਹੜੇ ਆਉਣ ਵਾਲੇ ਸਮੇਂ ਦੇ ਰਿਜ਼ਲਟ ਬੜੇ ਭਿਆਨਕ ਨੇ। ਕਿਉਂ ਰਾਜਵੀਰ? ਬਿਲਕੁਲ ਠੀਕ ਕਹਿ ਰਹੇ ਹੋ ਸੁਖਦੇਵ। ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਨੇਗੀਆਂ, ਪਹਿਲਾਂ ਵੀ ਮੈਂ ਇੱਕ ਦਿਨ ਗੱਲ ਕੀਤੀ ਸੀ ਕਿ ਪਹਿਲਾਂ ਵੀ ਬਲੀ ਚੜ੍ਹਦੀਆਂ ਸੀ ਪਰ ਉਹ ਤਰੀਕਾ ਵੱਖਰਾ ਸੀ। ਹਮੇਸ਼ਾ ਹੀ ਕੁੜੀਆਂ ਜਿਹੜੀਆਂ ਨੇ ਬਲੀ ਚੜ੍ਹਦੀਆਂ ਆਈਆਂ ਨੇ, ਪਰ ਟਾਈਮ ਟਾਈਮ ਸਿਰ ਜਿਹੜੇ ਨੇਗੇ ਉਹ ਬਲੀ ਚੜਾਉਣ ਦੇ ਤਰੀਕੇ ਬਦਲ ਦਿੱਤੇ ਗਏ ਨੇ। ਪਰ ਹੁਣ ਵੀ ਇਹ ਹੁੰਦਾ ਪਰ ਮਾਡਰਨ ਤਰੀਕੇ ਦੇ ਨਾਲ ਹੁੰਦਾ। ਮੁੰਡੇ ਜਿਹੜੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਬਈ ਅਸੀਂ ਤਾਂ ਸਾਨੇ ਤਾਂ ਚਲੇ ਹੀ ਜਾਣਾ, ਕੋਈ ਨੀ ਸਾਡੇ ਘਰ ਦੇ ਕੋਲੇ ਜ਼ਮੀਨ ਹੈਗੀ, ਇੱਕ ਕਿੱਲਾ ਵੇਚ ਦੇਣਗੇ, ਕੋਈ ਨੀ ਤੋਰ ਦੇਣਗੇ, ਪੈਸੇ ਲਾ ਦੇਣਗੇ। ਸੋ ਮੈਂ ਸਾਰਿਆਂ ਨੂੰ ਨੀ ਕਹਿੰਦੀ ਅਗੇਨ, ਪਰ ਬਹੁਤ ਸਾਰੇ ਐਵੇਂ ਦੇ ਬੱਚੇ ਨੇਗੇ ਜਿਹੜੇ ਕਿ ਆਪਣੇ ਮਾਂ ਬਾਪ ਦੇ ਪੈਸਿਆਂ ਤੇ ਦੂਸਰੀਆਂ ਕੁੜੀਆਂ ਦੇ ਸਿਰ ਦੇ ਉੱਤੇ ਤਲਵਾਰ ਤੇ ਉਹਨਾਂ ਦੀਆਂ ਖੁਆਇਸ਼ਾਂ ਦਾ ਬਿਲਕੁਲ ਵੀ ਖਿਆਲ ਨਹੀਂ ਕੀਤਾ ਜਾਂਦਾ। ਉਹੀ ਮਾਂ ਬਾਪ ਜਿਹੜੇ ਉੱਥੇ ਘਰੋਂ ਬਾਹਰ ਨਹੀਂ ਕੁੜੀ ਨੂੰ ਨਿਕਲਣ ਦਿੰਦੇ ਤੇ ਬੇਗਾਨੇ ਮੁਲਕ ਦੇ ਵਿੱਚ ਭੇਜ ਦਿੰਦੇ ਨੇ ਜਿੱਥੇ ਉਹਨਾਂ ਦਾ ਕੋਈ ਵੀ ਨਹੀਂ ਹੁੰਦਾ, ਤੇ ਬਸ ਫੇਰ ਕੀ ਬੀਤਦੀ ਹੈ ਬੱਚਿਆਂ ਤੇ, ਇਹ ਤਾਂ ਉਹ ਬੱਚੇ ਹੀ ਜਾਣਦੇ ਨੇ। ਔਰ ਦੂਸਰੀ ਗੱਲ ਇੱਥੇ ਸੰਦੀਪ ਇਹ ਵੀ ਬਾਹਰ ਨਿਕਲ ਕੇ ਆਉਂਦੀ ਹੈ ਇਸ ਕਹਾਣੀ ਦੇ ਵਿੱਚ ਕਿ ਜਿਸ ਤਰ੍ਹਾਂ ਧੀਆਂ ਨੇ ਬੱਚੀਆਂ ਨੇ ਉਹ ਆਪਣੇ ਪੇਰੈਂਟਸ ਦੀਆਂ ਮਤਲਬ ਜਿਹੜੀਆਂ ਖਾਹਿਸ਼ਾਂ ਹੁੰਦੀਆਂ ਨੇ ਉਹਨਾਂ ਨੂੰ ਪੂਰੀਆਂ ਕਰਨੀਆਂ ਚਾਹੁੰਦੇ ਨੇ, ਉਹਨਾਂ ਨੂੰ ਚਾਹੁੰਦੀਆਂ ਨੇ ਕਿ ਉਹ ਸੁੱਖ ਦੇਖਣ, ਤੇ ਉਹਦੇ ਵਾਸਤੇ ਮਤਲਬ ਕਈ ਵਾਰੀ ਉਹ ਮਜਬੂਰੀ ਬਸ ਇਹੋ ਜਿਹੜੇ ਕੰਮ ਹੋ ਰਹੇ ਨੇ ਜੀ। ਤੇ ਦੂਸਰਾ ਪਹਿਲੂ ਇਹ ਵੀ ਆਉਂਦਾ ਆ ਕਿ ਜਿਹੜੇ ਮੁੰਡੇ ਨੇ ਜੇ ਆਪਾਂ ਅੰਤਰ ਕਰੀਏ ਇਸ ਵਕਤ ਪੰਜਾਬ ਦੀ ਗੱਲ ਹੀ ਕਰ ਲਈਏ ਕਿ ਉੱਥੇ ਜਿਹੜੇ ਨੇ ਉਹ ਘੱਟ ਪੜ੍ਹਦੇ ਨੇ ਜਾਂ ਫਿਰ ਉਹ ਗਲਤ ਕੰਮਾਂ ਵੱਲ ਵੀ ਕਈ ਵਾਰੀ ਉਹ ਤੁਰਦੇ ਨੇ। ਸੋ ਮੈਂ ਸਾਰਿਆਂ ਨੂੰ ਹੀ ਕਹਿੰਦਾ ਪਰ ਜੇ ਬਹੁਤ ਗਿਣਤੀ ਦੀ ਗੱਲ ਕਰੀਏ ਤਾਂ ਕੰਪੈਰੀਜ਼ਨ ਕਰਨ ਦੇ ਵਿੱਚ ਜਿਹੜੇ ਮੁੰਡੇ ਨੇ ਉਹ ਘੱਟ ਪੜ੍ਹਦੇ ਨੇ, ਤੇ ਦੂਸਰਾ ਹੈ ਕਿ ਜਿਸ ਤਰ੍ਹਾਂ ਇੱਕ ਇੱਕ ਇਹਨਾਂ ਨੇ ਹੁਣ ਵਿਆਹ ਕੀਤਾ, ਤੇ ਦੂਸਰੀ ਗੱਲ ਇਹ ਹੈ ਕਿ ਜਿਹੜੇ ਆਹ ਚੀਜ਼ਾਂ ਸਾਰਾ ਕੁਛ ਹੁੰਦੀਆਂ ਨੇ ਡਰਾਮੇਬਾਜ਼ੀ ਹੁੰਦੀ ਆ, ਇੱਕ ਉਹ ਵੀ ਸੋਚਣ ਵਾਲੀ ਗੱਲ ਬਣਦੀ ਆ। ਔਰ ਮੈਂ ਸਭ ਤੋਂ ਵੱਡਾ ਇੰਪੈਕਟ ਇਹ ਸਮਝਦਾ ਹਾਂ ਧੀਆਂ ਦੇ ਉੱਤੇ ਬੱਚਿਆਂ ਦੇ ਉੱਤੇ ਕਿ ਜਦੋਂ ਉਹਨਾਂ ਦੀ ਇੱਛਾਵਾਂ ਦੇ ਵਿਰੁੱਧ ਇਹੋ ਜਿਹੇ ਵਿਆਹ ਕੀਤੇ ਜਾਂਦੇ ਨੇ ਤੇ ਬਾਅਦ ਵਿੱਚ ਉਹਨਾਂ ਦਾ ਜਿਹੜਾ ਜੀਵਨ ਆ ਕਰਦਾ ਆ। ਕਿਉਂ ਸੰਦੀਪ? ਬਿਲਕੁਲ ਸਹੀ, ਔਰ ਵਾਕਈ ਅੱਜ ਦੀ ਇਹ ਹਕੀਕਤ ਬਣ ਚੁੱਕਿਆ ਕਿ ਜਿਸ ਤਰੀਕੇ ਨਾਲ ਰਾਜਵੀਰ ਦੀਦੀ ਨੇ ਵੀ ਗੱਲ ਕੀਤੀ ਕਿ ਤੌਰ ਤਰੀਕੇ ਜਿਹੜੇ ਨੇ ਬਦਲ ਗਏ ਨੇ, ਹੁਣ ਵਿਆਹ ਸ਼ਾਦੀਆਂ ਜਿਹੜੀਆਂ ਨੇ ਉਹਨਾਂ ਦੇ ਤੌਰ ਤਰੀਕੇ ਬਦਲ ਗਏ ਨੇ, ਆਇਲਸ ਦੇ ਬੈਂਡ ਦੇਖ ਕੇ ਜਿਹੜੇ ਨੇ ਵਿਆਹ ਹੁੰਦੇ ਨੇ। ਸੋ ਇਹ ਜਿਹੜਾ ਸਾਡਾ ਸਮਾਜ, ਇਸ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ ਇਹ ਕਿਸ ਪਾਸੇ ਦੇ ਵੱਲ ਜਾ ਰਹੀਆਂ ਨੇ, ਇਸ ਦੇ ਵੱਲ ਗੌਰ ਕਰਨ ਦੀ ਅੱਜ ਵਾਕਈ ਬਹੁਤ ਜ਼ਰੂਰਤ ਹੈ। ਬੇਸ਼ੱਕ ਮਨ ਦੇ ਵਿੱਚ ਜਿਹੜੀਆਂ ਖੁਆਇਸ਼ਾਂ ਵੀ ਹੁੰਦੀਆਂ ਨੇ, ਸੁਪਨੇ ਵੀ ਹੁੰਦੇ ਨੇ, ਪਰ ਉਹ ਕਈ ਵਾਰੀ ਅਸਲ ਜਿਹੜੀਆਂ ਦਿਲ ਦੀਆਂ ਖੁਆਇਸ਼ਾਂ ਹੁੰਦੀਆਂ ਨੇ ਨਾ, ਮਤਲਬ ਕਈ ਵਾਰੀ ਇਨਸਾਨ ਦੱਬ ਕੇ ਰਹਿ ਜਾਂਦਾ ਉਹਨਾਂ ਖੁਆਇਸ਼ਾਂ ਨੂੰ, ਕਈ ਵਾਰੀ ਦਬਾਉਣਾ ਪੈਂਦਾ, ਪਰ ਕਿਸੇ ਵੀ ਖੁਆਇਸ਼ ਨੂੰ ਪੂਰਾ ਕਰਨ ਦੇ ਲਈ ਬਹੁਤ ਕੁਛ ਜਿਹੜਾ ਉਹ ਦੇਖਣਾ ਪੈਂਦਾ ਸਮਾਜ 'ਚ। ਸੋ ਮੈਂ ਇਹ ਚਾਹੂੰਗੀ ਕਿ ਸਾਡੀ ਸੁਣਨ ਵਾਲੀ ਸਰੋਤੇ, ਕਿਉਂਕਿ ਅੱਜ ਅਸੀਂ ਕੈਨੇਡਾ ਦੇ ਵਿੱਚ ਬਹੁਤ ਸਾਰੀ ਏਦਾਂ ਦੇ ਕੇਸਿਸ ਜਿਹੜੇ ਨੇ ਉਹ ਆਪਾਂ ਦੇਖਦੇ ਹਾਂ ਔਰ ਹੁੰਦੇ ਵੀ ਆਏ ਨੇ ਔਰ ਹੋ ਵੀ ਰਹੇ ਨੇ, ਤੇ ਮੈਂ ਚਾਹੂੰਗੀ ਕਿ ਸਾਡੇ ਸੁਣਨ ਵਾਲੇ ਦੱਸਣ ਕਿ ਉਹ ਅੱਜ ਦੇ ਇਸ ਵਰਤਾਰੇ ਨੂੰ ਕਿਸ ਨਜ਼ਰ ਦੇ ਨਾਲ ਵੇਖਦੇ ਨੇ, ਕਿ ਏਦਾਂ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਕੀ ਸੰਦੇਸ਼ ਤੁਹਾਡਾ ਮਾਪਿਆਂ ਨੂੰ ਹੋਊਗਾ ਤੇ ਕੀ ਸੰਦੇਸ਼ ਉਹਨਾਂ ਬੱਚਿਆਂ ਦੇ ਲਈ ਹੋਏਗਾ, ਕੁੜੀਆਂ ਮੁੰਡਿਆਂ ਦੇ ਲਈ ਹੋਏਗਾ।
जी और दूसरी गल ये भी है कि इतने जड़ियां कुड़ियां आउंदियां ने, कुड़ियां दे ब्याह करते हैं छोटी छोटी उम्र दुड़िया ने 18, 19, 20 साल दियाँ, कि किसी भी स्रोत ने पता है कि मुंडा कोई इदा हो गरीब जरा बहुत पढ़िया होनू कुड़ी ने ब्याह किया हो, हाँ, जैसे कुड़ी वाले ने लाए हुए। हाँ कोई इदा की एग्जाम्पल भी आँदी है, जो तुम की देखते हो भी कुड़ियां ही ब्याह करा के मुंडिया नू सद रही ने, क्योंकि आप सारे लोकल हाँ, सारे कैनेडा दे विच रहिने हैं उरे जा बाहरले बिल्कुल देशों दे विच रहिने हैं। बिल्कुल तो इहो जिहा अगर तुहाडा की अनुभव है जां तुसीं इस कहानी दे बारे की चर्चा करना चाहुंदे हो, 905-601-1350 साडे स्टूडियो नंबर ने। ये कहानी भी है और ये अज दी सच है, ये जी सच्चाई है, बिल्कुल प्रसाद है अज दा, सो ये ते चर्चा करनी बनती है। सो बिल्कुल तुसीं जरूर कॉल करो 905-601-1350। बड़े सुहिरद श्रोते ने साडे, बड़ियां सही ते सच्चियां सियाणियां गल्लां करदे ने, सो अपने विचार जरूर दिओ इस विषय दे उत्ते भी। सुखदेव, इस तो पहला साडे कॉलर बहुत सारे कॉलर नाल ने साडे। रीसेंटली दी गल है कि ये देखिया गया है जदों रिश्तेदारी दे विच कोई इदां दा विआह करन लगो ना, तां आपां इत्थों कॉल करदे हां वी भाई कुड़ी दी उम्र छोटी है, हले 18-19 साल दी आ, हो भी तुसीं ना करो, हले वो पढ़न वाली कुड़ी है ते तुसीं ना उहनूं होर पढ़ाओ अगे ते वो अपने बलबूते ते आप जा सकदी आ। तां उदों कहा जांदा कि बई साडे च तां इन्नी हैसियत नहीं गी, असीं इन्ने पैसे नहीं ला सकदे, ते नाल दी नाल ही उहनां नूं इक आइटम वांगू यूज कीता जांदा कि भी इह हुण बस इहने चल जाणा आ, ते उहनूं बेचारी नूं आटा गुन्नण दा वी नहीं पता हुंदा हले, ते उहनूं बचा बचा के रख्या जांदा, जिवें कि इस स्टोरी दे विच सीगा कि उहने बाहर नहीं जाना, उहने चुन्नी नाल सिर कज के रखना, उहने उच्चा नहीं बोलना, उहने ऐ नहीं करना। पर उदों उह सारियां गल्लां कित्थे चलियां जांदियां ने जदों उहनां नूं 7 समुंदरा पार कल्लियां नूं भेज दित्ता जांदा, जिथे उहनां दा ख्याल रखण वाला, उहनां नूं इह सारियां चीजां तों बचा के रखण वाला कोई भी नहीं हुंदा। लो जी आपां कॉल्स वन बाय वन लैंदे हां सारिआं दीआं। संदीप तुसीं भी हाँ सुणदे जी रहो साडे बिल्कुल श्रोतिआं दे विचार। जी जी 4878 हाँ जी, सत श्री अकाल सत श्री अकाल राजदीप भी जी, ते संदीप जी, सत श्री अकाल जी, ते सत श्री सारे अकाल श्रोतन, सारे श्रोतन मेरे वालों सत श्री अकाल। मैं पाल शर्मा बोल रहा, न्यू यॉर्क तो जी। जी ते कहानी जिहड़ी आ बहुत वधिया ते बहुत हार्ट टचिंग स्टोरी आ, ते अज कल जो वापर आ ते उत्ते पूरी ढुकदी आ। जिथों तक मेरा मानना भी हर एक माँ बाप की इच्छा होंगी है भी अपने बच्चों मतलब चलो बाहर भेजा जाए, ते कई वो दूसरों की चमक दमक देख के ही औखे हो के भी वह भेजते हैं, जबकि इतने आगे की होंगे जेडिया कुड़ियों जॉब मिल जाती है तो वो चलो जीवन जरा बेहतर बन जाता, जी जिन्हों जॉब नहीं, जिन्होंने जॉब नहीं मिलती तो माँ बाप की भी हैसियत नहीं होंगी भी वह पिछों खर्चा भेज सकन, उन्होंने मजबूरी बस गलत धंधिया पैना पैंता, जबकि इतने ज्यादा कहने की जरूरत नहीं। कनेडा च भी तुम रह रहे हो तो पता होगा इतने भी वापरदा कि कनेडा च भी यह वापर आ, जबकि जेडे माँ बाप होंगे वो गरीब उदा की स्थिति वो आस करते होंगे भी साड़ी कुड़ी हम बाहर पहुंच गई है तो कदों सानू पैसे पैसे भेजने शुरू करे, हाँ कदों पैसे सब भेजने शुरू करूगी, क्योंकि उन्होंने पैसे जेडे रकम होंगे अपने ब्याज से ले होंगी ना कि उन्होंने अपनी रकम होंगी, उन्होंने दूसरे लोगों की चमक दमक देख के अपना स्टेप उठाते हैं, जबकि फिर वो जेडिया कुड़िया है कि वो ना तो फीसा के खर्चे कर सकदियां, ठीक है, तो ना फिर अपना पिछे पैसे भेज सकदियां, फिर वो की होंगे गलत धंधे पेंदे वीडियो तुम्हें भी सैकड़े देखिया होनगियां, कोई ट्रक ड्राइवर के नाल रिलेशन कोई दूसरा का सारे की नहीं गल करता, कुछ जिन्हों का बहुत ज्यादा इदा की कंडीशन होंगी है कोई जॉब नहीं मिलती। मेरा जिथे तक मानना है जेड़ा किसी भी कुड़ी का एक तरीके का अब्यूज किया जाता जी, उन्होंने मजबूरी का फायदा उठा के उन्होंने अब्यूज किया जाता, हाँ मेरा जिथे तक मानना भी जेदा किसी का कोई रिश्तेदार आ जा कोई हमारे होर मोहरे कोई बाली बास है सालू है समझदा ਉਹਨਾਂ ਮਾਂ ਬਾਪ ਨੂੰ ਸਟੈਪ ਇੱਧਰ ਬਾਹਰ ਚੱਕਣਾ ਚਾਹੀਦਾ, ਦੇਖੋ ਦੇਖੀ ਇਹ ਇੱਕ ਦੂਜੇ ਦੇ ਮਗਰ ਨਹੀਂ ਲੱਗਣਾ ਚਾਹੀਦਾ, ਜ਼ਿੰਦਗੀ ਬਰਬਾਦ ਨਹੀਂ ਕਰਨੀ ਚਾਹੀਦੀ। ਬਾਕੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਲੈਣ ਵਾਸਤੇ, ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਕਾਲ ਕਰਨ ਲਈ। ਆਪਾਂ ਸਾਰਿਆਂ ਦੀਆਂ ਗੱਲਾਂ ਬਾਤਾਂ ਸੁਣਨੀਆਂ ਨੇ, ਤੁਸੀਂ ਹੋਲਡ ਕਰਕੇ ਰੱਖੋ ਕੁਇਕਲੀ, ਆਪਾਂ ਨੂੰ ਸਟੇਸ਼ਨ ਆਈਡੀ ਲੈਣੀ ਪੈਣੀ ਹੈ ਕਿਉਂਕਿ ਸਮਾਂ ਹੋ ਗਿਆ ਸਟੇਸ਼ਨ ਆਈਡੀ ਦਾ, ਸੋ ਹੋਲਡ ਕਰਕੇ ਰੱਖੋ ਸਾਰੀਆਂ ਕਾਲਾਂ ਜੀ। You're listening to CIRM 1350 AM Brampton, Radio Humsifer. ਜੇ ਆਪਾਂ ਲੈਂਦੇ ਹਾਂ ਨੈਕਸਟ ਕਾਲ 0840। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
ਸਭ ਤੋਂ ਪਹਿਲਾਂ ਤਾਂ ਭੈਣ ਜੀ ਉਹਨਾਂ ਦਾ ਬਹੁਤ ਧੰਨਵਾਦ, ਜਿਹੜਾ ਉਹਨਾਂ ਨੇ ਜਿਹੜੀ ਕਹਾਣੀ ਹੈ ਬਿਲਕੁਲ ਅੱਜ ਦੇ ਟਾਈਮ ਦੇ ਧੁੱਪ ਦੇ ਸਮੇਂ ਦੇ ਨਾਲ ਅੱਜ ਦੀ ਸਾਡੀ ਇਸ ਵੇਲੇ ਦੀ ਹਕੀਕਤ ਉਹਨੂੰ ਬਿਆਨ ਕੀਤਾ ਔਰ ਬੜਾ ਚੰਗਾ ਲੱਗਾ ਕਿ ਇਹ ਜਿਹੜੀ ਉਹਨਾਂ ਐਨ ਮੌਕੇ ਤੇ ਜਿਹੜੀ ਕਹਾਣੀ ਵਧੀਆ ਕਹਾਣੀ ਸੀ। ਔਰ ਇਹ ਜਿੱਦਾਂ ਸਾਡੀ ਤੁਸੀਂ ਵੀ ਕਿਹਾ ਕਿ ਸਾਡੇ ਸਮਾਜ ਦੀਆਂ ਕਦਰਾਂ ਕੀਮਤਾਂ ਕਿੱਧਰ ਨੂੰ ਜਾ ਰਹੀਆਂ, ਇਹ ਵਾਕਿਆ ਹੀ ਗੱਲ ਆ ਕਿ ਇਹ ਜਿਹੜੀਆਂ ਬਿਲਕੁਲ ਕਦਰਾਂ ਕੀਮਤਾਂ ਨੂੰ ਸਿੱਕੇ ਟੰਗ ਕੇ ਲੋਕੀ ਇੱਦਾਂ ਦੇ ਵਿਚਾਰ ਮਨ 'ਚ ਲਿਆ ਕੇ ਅਤੇ ਕੁੜੀਆਂ ਨੂੰ ਤੋਰਦੇ ਆ, ਸਾਡੇ ਨਾਲ ਖੁਦ ਦੋ ਇਹ ਹੈਪਨਸ ਹੋਈਆਂ ਔਲਰੇਡੀ ਅਤੇ ਅਸੀਂ ਪਿਛਲੇ ਫਰਵਰੀ ਦੇ ਵਿੱਚ ਹੀ ਇਹ ਦੋਨੇ ਪਾਸਿਓਂ ਭੈਣ ਜੀ ਹੋ ਰਿਹਾ, ਜਿਵੇਂ ਕਿ ਕੁੜੀਆਂ ਵੀ ਰਿਹਾ ਆ, ਦੂਸਰੇ ਪਾਸੇ ਮੁੰਡਿਆਂ ਦਾ ਸ਼ੋਸ਼ਣ ਵੀ ਇਸ ਪਾਸੇ ਵਿੱਚ ਹੋ ਰਿਹਾ ਆ। ਪਿਛਲੇ ਸਾਲ ਐਸੇ ਦਿਨ ਐਸੇ ਵੀਕ ਦੇ ਵਿੱਚ ਅਸੀਂ ਆਪਣੇ ਫਰੈਂਡ ਦੇ ਭਤੀਜੇ ਦੇ ਵਿਆਹ ਤੇ ਇੱਥੋਂ ਗਏ, ਕੁੜੀ ਇੱਥੋਂ ਗਈ ਜੀ, ਉੱਥੇ ਜਾ ਕੇ ਪਤਾ ਲੱਗਾ ਜਾ ਕੇ ਕਿ ਉਹ ਕੁੜੀ ਨੇ ਇੱਥੋਂ ਜਦੋਂ ਦਿੱਲੀ ਏਅਰਪੋਰਟ ਤੇ ਅਸੀਂ ਗਏ ਉਤਰੇ, ਉਹਨਾਂ ਨੇ ਇਹਨਾਂ ਨੂੰ ਸਾਈਡ ਤੇ ਕਰ ਲਿਆ, ਮੈਨੂੰ ਜਾਣ ਦਿੱਤਾ। ਮੈਂ ਕਿਹਾ ਕੀ ਹੋਇਆ, ਉਹ ਕਹਿੰਦੇ ਜੀ ਕੁੜੀ ਨੇ ਇੱਕ ਪਾਸਪੋਰਟ ਦਾ ਇੱਕ ਪੇਪਰ ਹੈ ਨੀ ਵਿੱਚ, ਤੇ ਉੱਥੇ ਵਕੀਲ ਕੀਤਾ, ਰਾਤ ਰਹਿ ਲੱਖ ਡੇਢ ਲੱਖ ਰੁਪਇਆ ਦਿੱਤਾ ਤੇ ਕੁੜੀ ਨੂੰ ਬਾਹਰ ਕਢਾਇਆ, ਤੇ ਫਿਰ ਵੀ ਸਾਡੇ ਮਨ 'ਚ ਨਹੀਂ ਕੋਈ ਗੱਲ ਆਈ ਕਿ ਵੀ ਵਿੱਚ ਪੇਪਰ ਕਿਉਂ ਨੀ ਗਾ ਇਹਦੇ। ਤੇ ਜਦੋਂ ਵਿਆਹ ਵੀ ਹੋ ਗਿਆ, ਵਿਆਹ ਤੋਂ ਬਾਅਦ ਜਿਸ ਦਿਨ ਉਹ ਕੁੜੀ ਵਿਆਹ ਤੇ ਹਾਲ 'ਚ ਸਾਰਾ ਖਰਚਾ ਜੋ ਵੀ ਉਹ ਸਾਰਾ ਮੁੰਡੇ ਵਾਲੇ ਨੇ ਕੀਤਾ। ਜਦੋਂ ਘਰ ਚੱਲ ਗਏ, ਜਦੋਂ ਦਸ ਕੁ ਵਜੇ ਜਿਹਦੇ ਨਾਲ ਪਹਿਲਾ ਮੈਰਿਜ ਹੋਈ ਸੀ, ਜਿਹੜਾ ਫਾਈਨੈਂਸ ਪਹਿਲੇ ਬੰਦੇ ਨੇ ਫਾਈਨੈਂਸ ਕੀਤਾ ਹੋਇਆ ਸੀ, ਉਹਨੇ ਡੇਢ ਲੱਖ ਕਵੈਤ ਤੋਂ ਕੋਈ ਉਹਦੀ ਫੀਸ ਲਾਈ, ਕਵੈਤ ਤੋਂ ਸੀਗਾ ਉਹ 35 ਲੱਖ ਰੁਪਈਆ ਜਾਂ 40 ਜਿੰਨਾ ਵੀ ਲਾਇਆ ਸੀ ਉਹਨੇ, ਉਹਨਾਂ ਉਸ ਪਾਸਪੋਰਟ ਦਾ ਜਦੋਂ ਵਰਕਾ ਪਾੜਿਆ ਸੀ, ਉਹਨਾਂ ਵਿਆਹ ਕਰਾ ਕੇ ਗਈ ਸੀ। ਉਹ ਉੱਥੇ ਹਾਜ਼ਰ ਹੋ ਗਿਆ ਰਾਤ ਨੂੰ 10 ਵਜੇ ਤੇ ਰਾਤ ਨੂੰ ਉਹਨਾਂ ਨੇ ਕਿਹਾ ਵੀ ਮੈਂ ਇਸ ਕਰਕੇ ਵਿਆਹ ਹੋਣ ਦਿੱਤਾ, ਮੈਨੂੰ ਪਤਾ ਸਾਰਾ ਹੀ ਸੀਗਾ, ਇਹਨੇ ਕੈਨੇਡਾ ਤੋਂ ਚਾਹਣ ਲੱਗੀ ਨੇ ਇੱਕ ਦਿਨ ਮੈਨੂੰ ਇੱਦਾਂ ਹੀ ਦੱਸ ਦਿੱਤਾ ਤੇ ਕੋਈ ਵੀ ਤੇਰੇ ਤੋਂ ਵਧੀਆ ਹੋਈ ਇਹ ਉਹ ਕਰਕੇ, ਤੇ ਮੈਨੂੰ ਵਕੀਲ ਨੇ ਕਿਹਾ ਸੀ ਵਿਆਹ ਹੋਣ ਦੇ ਹੀ, ਉਸ ਤੋਂ ਬਾਅਦ ਸਾਰਾ ਕੁਛ। ਹੁਣ ਉਹ ਵਿਚਾਰੀ ਉੱਥੇ ਹੁਣ ਪਾਸਪੋਰਟ ਵੀ ਉਹ ਜ਼ਬਤ ਆ, ਔਰ ਉਹਦਾ ਡੈਡੀ ਉਹਦਾ ਪੁਲਿਸ ਵਿੱਚ ਸੀ, ਉਹਦੀ ਵੀ ਨੌਕਰੀ ਗਈ ਕਿਉਂਕਿ 420 ਦੇ ਵਿੱਚ ਉਹ ਵੀ ਆ ਗਿਆ। ਤੇ ਇਹ ਜਿਹੜਾ ਮੈਂ ਆਪਣਾ ਸੋਚ ਰਹੇ ਹਾਂ ਆਲੇ ਦੁਆਲੇ ਜਿੱਦਾਂ ਵੀ ਆਪਾਂ ਦੇਖਦੇ ਹਾਂ ਡੇਲੀ ਹੋ ਰਿਹਾ ਆ, ਅੱਜ ਨਹੀਂ ਹੋ ਰਿਹਾ, ਕਾਫੀ ਚਿਰਾਂ ਤੋਂ ਹੋ ਰਿਹਾ, 90% ਕੁੜੀਆਂ ਜਿਹੜੀਆਂ ਉਹ ਪੀਸ ਹੁੰਦੀਆਂ, 10% ਮੁੰਡੇ ਵੀ ਪੀਸ ਹੁੰਦੇ ਆ, ਕੁੜੀਆਂ ਜ਼ਿਆਦਾ ਪੀਸ ਹੁੰਦੀਆਂ ਕਿਉਂਕਿ ਕੁੜੀਆਂ ਮਾਪਿਆਂ ਦਾ ਮਾਪਿਆਂ ਨੂੰ ਦੇਖਦੀਆਂ ਵੀ ਕਿੱਦਾਂ ਕਿੱਦਾਂ ਸਾਨੂੰ ਭੇਜਦੇ ਆ, ਉਹਨਾਂ ਦੀ ਪੈਸੇ ਉਹਨਾਂ ਦੇ ਪੂਰੇ ਕਰ ਲਏ ਜਾਂ ਉਹਨਾਂ ਦੇ ਚਾਹ ਪੂਰੇ ਕਰ ਲਏ, ਉਹ ਆਪਣੇ ਤੇ ਜ਼ਿਆਦਾ ਪਿੰਡੇ ਤੇ ਹੰਢਾ ਰਹੀਆਂ ਆ, ਪਰ ਉਹ ਦੋਨੇ ਪਾਸੇ ਰਿਹਾ ਤੇ ਕੀਮਤਾਂ ਕਦਰਾਂ ਸਾਡੇ ਜਿਹੜੀਆਂ ਸਮਾਜ ਦੀਆਂ ਨਾ ਇਹ ਪਤਾ ਨੀ ਕਿੱਧਰਲੇ ਪਾਸੇ ਨੂੰ ਜਾ ਰਹੀਆਂ। ਮੈਂ ਅੱਜ ਵੀ ਤੜਕੇ ਉੱਠ ਕੇ ਜਦੋਂ ਇੰਡੀਆ ਮੋਰਚੇ ਤੇ ਫੋਨ ਕੀਤਾ, ਉੱਥੇ ਵੀ ਲੋਕ ਕਹਿ ਰਹੇ ਸੀ ਵੀ ਇਹ ਜਿਹੜਾ ਦੇਖੋ ਪੰਜਾਬ ਬਚਾ ਲਓ, ਆਪਾਂ ਦੇਖੋ ਹੁਣ ਕਿਸ ਪਾਸੇ ਤੁਰੇ ਹੋਏ ਆ, ਲੇਕਿਨ ਇੱਕ ਵਰਗ ਇਸ ਪਾਸੇ ਨੂੰ ਵੀ ਤੁਰਿਆ ਹੋਇਆ ਕਿ ਆਪਣੀ ਸੋਹਣੀ ਜ਼ਿੰਦਗੀ ਬਣਾਉਣ ਵਾਸਤੇ ਉਹ ਕਿਸੇ ਦੀਆਂ ਕਦਰਾਂ ਕੀਮਤਾਂ ਦੀ ਨਾ ਪਰਵਾਹ ਕਰਦਾ ਹੋਇਆ ਇੱਥੇ ਤੱਕ ਪਹੁੰਚ ਰਿਹਾ ਜੀ। ਜੀ ਬਹੁਤ ਸ਼ੁਕਰੀਆ ਵੀਰ ਜੀ, ਥੈਂਕ ਯੂ ਤੁਸੀਂ ਪਾਰਟੀਸਪੇਟ ਕੀਤਾ ਤੇ ਸਟੋਰੀ ਸ਼ੇਅਰ ਕੀਤੀ ਹੈ, ਬਹੁਤ ਸ਼ੁਕਰੀਆ ਜੀ। ਬਿਲਕੁਲ ਸਾਨੂੰ ਲੋੜ ਆ ਵਿਚਾਰ ਕਰਨ ਦੀ, ਤੇ ਨਾਲ ਦੀ ਨਾਲ ਆਪਣੀਆਂ ਗੱਲਾਂ ਬਾਤਾਂ ਇਸੇ ਤਰੀਕੇ ਦੇ ਨਾਲ ਚੱਲਣੀਆਂ ਤੇ ਸਪੋਂਸਰਾਂ ਦੇ ਸੰਦੇਸ਼ ਵੀ ਸਾਂਝੇ ਕਰਨੇ ਨੇ। ਸੋ ਸਵੀਟ ਮਹਿਲ ਤੋਂ ਤੁਸੀਂ ਅੱਜ ਸ਼ਾਮ ਨੂੰ ਭੋਜਨ ਆਰਡਰ ਕਰਨਾ ਤਾਂ ਤੁਹਾਨੂੰ ਮਹਿਲਾਂ ਵਰਗਾ ਖਾਣਾ ਇੱਥੋਂ ਮਿਲਣਾ, 416-679-9191। ਸੋ ਤੁਸੀਂ ਮਿਠਾਈ ਆਰਡਰ ਕਰਨੀ ਹੈ ਕੋਈ, ਜਾਂ ਫਿਰ ਤੁਸੀਂ ਡਿਨਰ ਆਰਡਰ ਕਰਨਾ, ਲੰਚ ਆਰਡਰ ਕਰਨਾ, ਤਾਂ ਜ਼ਰੂਰ ਤੁਸੀਂ 416-679-9191 'ਤੇ ਕਾਲ ਕਰ ਲਿਓ। ਅਤੇ ਬੇਨਤੀ ਹੈ ਜੀ ਸਾਡੀ, ਸਾਡੇ ਸਪੋਂਸਰਾਂ ਨੂੰ ਜ਼ਰੂਰ ਤੁਸੀਂ ਸਹਿਯੋਗ ਦਿਆ ਕਰੋ, ਕਿਉਂਕਿ ਸਾਡੇ ਸਪੋਂਸਰਾਂ ਦੇ ਨਾਲ ਹੀ ਅਸੀਂ ਇਹ ਪ੍ਰੋਗਰਾਮ ਜਿਹੜਾ ਇੱਥੇ ਤੱਕ ਲੈ ਕੇ ਆ ਸਕਦੇ ਹਾਂ। ਸਾਡੀ ਬੈਕਬੋਨ ਨੇ ਉਹ, ਜੇ ਉਹ ਨਾ ਹੋਣ ਤਾਂ ਅਸੀਂ ਇੱਥੇ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਨਾ ਆ ਸਕੀਏ। ਸੋ ਜ਼ਰੂਰ ਤੁਸੀਂ ਕੋਸ਼ਿਸ਼ ਕਰਿਆ ਕਰੋ, ਆਪਣੇ ਦੋਸਤਾਂ ਮਿੱਤਰਾਂ ਨੂੰ, ਆਪਣੇ ਭੈਣ ਭਰਾਵਾਂ ਨੂੰ ਦੱਸਿਆ ਕਰੋ ਬਿਜ਼ਨਸਿਸ ਬਾਰੇ, ਅਤੇ ਵੱਧ ਤੋਂ ਵੱਧ ਇਹਨਾਂ ਨੂੰ ਜਿਹੜਾ ਸਹਿਯੋਗ ਦੇਣ। ਸੋ ਗ੍ਰੈਬ ਪੀਜ਼ਾ ਤੋਂ ਪੀਜ਼ਾ ਆਰਡਰ ਕਰਨਾ 905-612-1616। ਪਾਪੂਲਰ ਕਿਚਨ ਵਾਲਿਆਂ ਤੋਂ ਕਿਚਨ ਬਣਾਉਣੀ ਹੈ ਜਾਂ ਫਿਰ ਅਪਗ੍ਰੇਡ ਕਰਾਉਣੀ ਹੈ, 5-star ਰੇਟਡ ਨੇ, ਤਾਂ ਤੁਸੀਂ 416-998-6428 'ਤੇ ਕਾਲ ਕਰ ਸਕਦੇ ਹੋ। 416-998-6428 ਲੈਂਦੇ ਹਾਂ ਜੀ ਨੈਕਸਟ ਕਾਲ। ਸੋ 3884 ਤੁਹਾਡਾ ਨੰਬਰ ਆਉਂਦਾ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਆਪਣੇ ਵਤਨ ਨੂੰ ਰਹੀ ਵਾਂਗ ਮੋੜ ਦੇ ਝੂਠ, ਮੈਂ ਵਿੱਚ ਕੈਨੇਡਾ ਆਣ ਕੇ ਉਲਟੇ ਦੇਖੇ ਕੀ ਦਸੂਰ, ਇੱਥੇ ਆਪਣੇ ਪੁੱਤ ਤੇ ਧੀ ਨੂੰ ਨਾ ਮਾਂ ਤੇ ਸਕਦਾ ਕੂੜ, ਇਸ ਨੋਹਾਂ ਸਹੁਰੇ ਸੱਸ ਨੂੰ
ਚੜਕਣ ਬਿਨਾ ਦੂਰ ਇੱਥੇ ਇੱਕੋ ਹੱਕੀ ਤੇ ਵਿਕ ਲਿਆ ਚਾਹੇ ਗਾਂ ਲੈ ਲਓ ਚਾਹੇ ਸੂਰ ਇੱਥੇ ਸ਼ਰਮ ਹਜਾ ਖਾ ਪੀ ਗਈ ਜਿਹੜੀ ਕੈਨੇਡਾ ਦੀ ਹੂਰ ਇੱਥੇ ਵੱਡੇ ਵੱਡੇ ਸਰਦਾਰ ਜੋ ਉਹ ਬਣ ਗਏ ਆ ਮਜ਼ਦੂਰ ਕਰਦੇ ਖੇਤਾਂ ਵਿੱਚ ਦਿਹਾੜੀਆਂ ਮੱਥਾ ਲਾਤਾ ਨਾਲ ਕਸੂਰ ਉਹ ਤਾਂ ਕਦੇ ਦਿਹਾੜੀ ਨੀ ਭੰਨਦੇ ਇਹਦਾ ਨਹੀਂ ਹੋਏ ਤਾਂ ਘੂਰ ਮੈਨੂੰ ਖੇਤਾਂ ਚ ਟਮਾਟਰ ਤੋੜਦੀ ਰਸ ਵੀ ਅਤੇ ਅੰਗੂਰ ਜਿਹਨਾਂ ਰਾਹਾਂ ਦੀ ਸਾਰ ਨਹੀਂ ਸੀ ਜਾਣਦੀ ਤੁਰਨਾ ਪੈ ਗਿਆ ਹੋ ਮਜ਼ਬੂਰ ਲੱਖ ਡਾਲਰ ਕਰਜ਼ਾ ਸਹੁਰਿਆਂ ਸਰ ਦੇਖ ਕੇ ਹੁਣ ਤੇ ਲੱਖਾਂ ਹੀ ਹੋ ਗਿਆ ਉਦੋਂ ਲੱਖ ਹੁੰਦਾ ਸੀ ਲੱਖਾਂ ਡਾਲਰ ਕਰਜ਼ਾ ਸਹੁਰਿਆਂ ਸਰ ਦੇਖ ਕੇ ਦਿਲ ਹੋ ਗਿਆ ਵਾਂਗ ਮਨੂਰ ਹੁਣ ਹਾਰ ਸ਼ਿੰਗਾਰ ਸਭ ਭੁੱਲ ਗਿਆ ਹੋਰ ਕੀ ਬਿੰਦੀ ਅਤੇ ਸੰਧੂਰ ਮੈਨੂੰ ਲਾਰਾ ਲਾ ਕੇ ਸਵਰਗ ਦਾ ਸੂਲੀ ਟੰਗਤਾ ਵਾਂਗ ਮਨਸੂਰ ਗਲ ਨੱਤੀਆਂ ਪਿਛੋਲੇ ਨੂੰ ਕੱਢ ਦੀ ਤੇਰਾ ਭਰ ਕੇ ਡੁੱਬ ਜਾ ਪੂਰ ਇੰਡੀਆ ਚ ਕਹਿੰਦੇ ਕਿਹਦਾ ਸਵਰ ਗਿਆ ਇਹ ਗੱਲ ਬੜੀ ਮਸ਼ਹੂਰ ਪਰ ਢੋਲ ਉਦੋਂ ਸੋਹਣਾ ਲੱਗਦਾ ਜਦੋਂ ਵੱਜਦਾ ਹੋਵੇ ਦੂਰ ਪਾਣੀ ਉਦੋਂ ਨਰਮਲ ਦਿਸਦਾ ਜਦੋਂ ਉਪਰੋਂ ਲੱਸ ਜਾ ਦੂਰ ਮੈਥੋਂ ਚੰਡੀਗੜ੍ਹ ਕਾਹਦਾ ਖੁਸ਼ਿਆ ਮੈਥੋਂ ਖੁਸ਼ ਕਿਆ ਕੋਈ ਨੂਰ ਉਹ ਤਾਂ ਫਿਕਰ ਨਾ ਕਰੀ ਮਾਏ ਮੇਰੀਏ ਹੁੰਦਾ ਜੋ ਰੱਬ ਨੂੰ ਮਨਜ਼ੂਰ ਜੇ ਇੱਥੇ ਸੁੱਖ ਆਰਾਮ ਆ ਅਗਲੀ ਚਿੱਠੀ ਚ ਲਿਖੋ ਜ਼ਰੂਰ ਗਾਖਲ ਜੀ ਲਿਖਿਆ ਮੁਕੱਦਰ ਮਿਲੂਗਾ ਨਾ ਕਿਸੇ ਦਾ ਕੋਈ ਮਹਿਸੂਸ ਵਾਹ ਜੀ ਵਾਹ ਕਿਆ ਬਾਤ ਹੈ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਕੁਦਰਤ ਕਵਿਤਾ ਭਾਜੀ ਉਹਨਾਂ ਨੇ ਸੁਣਾਈ ਤੇ ਇਹ ਸੱਚ ਹੈ ਇਹ ਬਿਲਕੁਲ ਸੱਚ ਹੈ ਕਿਸੇ ਨੇ ਸਿੱਧੇ 1980 ਦੀ ਲਿਖੀ ਹੋਈ ਹੈ ਸੋ ਉਦੋਂ ਵੀ ਐਵੇਂ ਹੁੰਦਾ ਸੀ ਉਦੋਂ ਵੀ ਐਵੇਂ ਹੁੰਦਾ ਸੀ ਤੇ ਹੁਣ ਵੀ ਐਵੇਂ ਹੁੰਦਾ ਜੀ ਪਰ ਸਿਰਫ ਤਰੀਕੇ ਬਦਲ ਗਏ ਨੇਗੇ ਸੋ ਹੋਲਡ ਕਰਕੇ ਰੱਖੋ ਜੀ ਸਾਰੇ ਜਣੇ ਤੇ ਆਪਾਂ ਕੁਛ ਦੋ ਸੰਦੇਸ਼ ਤੇ ਫਿਰ ਅੱਗੇ ਵੱਧਦੇ ਆ ਬਿਲਕੁਲ ਜੀ ਅੱਜ ਫਰਵਰੀ 20 ਹੈ ਔਸ਼ਫਾ ਦੇ ਵਿੱਚ ਜਿਹੜੇ ਨੇ ਅੱਜ ਬਿਲਡਰ ਨੇ ਟਾਊਨ ਹੋਮ ਖੋਲਣੇ ਨੇ ਔਰ ਅੱਜ ਲਾਸਟ ਡੇ ਆ ਕਿਉਂਕਿ ਪਹਿਲਾਂ ਹੀ ਵਿਕ ਜਾਂਦੇ ਨੇ ਅੱਜ ਖੁੱਲਣੇ ਵੀ ਅੱਜ ਹੀ ਆ ਤੇ ਬੰਦ ਵੀ ਅੱਜ ਹੋਏ ਨੇ ਲੇਕਿਨ ਤੁਸੀਂ ਔਸ਼ਫਾ ਦੇ ਵਿੱਚ ਘਰ ਬੁੱਕ ਕਰਨਾ ਆ ਬਹੁਤ ਹੀ ਸਸਤੇ ਪ੍ਰਾਈਸਾਂ ਦੇ ਵਿੱਚ 3 ਬੈਡਰੂਮ ਆ 3 ਸਟੋਰੀ ਆ ਸਿੰਗਲ ਕਾਰ ਗਰਾਜ ਡਬਲ ਕਾਰ ਗਰਾਜ 16 ਤੋਂ ਲੈ ਕੇ 18 ਸਕੇਅਰ ਫੀਟ ਤੱਕ ਹੈਗੇ ਆ ਤੇ ਫਿਰ ਤੁਸੀਂ ਕੁਲਦੀਪ ਕੌਰ ਜੀ ਇਹਨਾਂ ਕੋਲ ਕੁਝ ਕੁ ਯੂਨਿਟ ਰੱਖਵੇਂ ਨੇ ਜੀ ਡਾਇਨਾਮਿਕ ਐਜਰ ਦੇ ਨਾਲ ਕੰਮ ਕਰਦੇ ਨੇ ਸੋ ਭੈਣ ਜੀ ਕੁਲਦੀਪ ਕੌਰ ਜੀ ਉਹਨਾਂ ਦਾ ਨੰਬਰ ਨੋਟ ਕਰ ਲਿਓ ਸਰੋਤਿਓ ਜਾਣਕਾਰੀ ਲੈ ਲਿਓ 905-783-9500 ਦੇ ਸੰਪਰਕ ਕਰ ਲੈਣਾ ਜੀ ਮਹਿੰਗਾ ਸਿੰਘ ਸਰਾਫ ਮੁੱਲਾਪੁਰ ਵਾਲੇ ਸੋ ਤੁਸੀਂ ਇਹਨਾਂ ਤੋਂ ਗੋਲਡ ਡਾਇਮੰਡ ਜਾਂ ਫਿਰ ਤੁਸੀਂ ਸਿਲਵਰ ਦੀ ਜੁਲਰੀ ਲੈਣੀ ਹੈ ਤਾਂ ਜ਼ਰੂਰ ਮਹਿੰਗਾ ਸਿੰਘ ਸਰਾਫ ਮੁੱਲਾਪੁਰ ਵਾਲਿਆਂ ਨੂੰ ਤੁਸੀਂ ਕਾਲ ਕਰ ਲਿਓ ਇਹਨਾਂ ਨੇ ਸਪੈਸ਼ਲ ਪ੍ਰਾਈਸਿਸ ਵੀਕਐਂਡ ਤੇ ਲਾਈਆਂ ਹੋਈਆਂ ਨੇਗੀਆਂ ਸੋ ਕੈਨੇਡੀਅਨ ਡਾਲਰ ਦੇ ਵਿੱਚ ਜੇ ਤੁਸੀਂ ਲੈਣਾ ਆ ਸੋਨੇ ਦਾ ਬਿਸਕੁਟ ਖਾਣਾ ਨੇਗਾ ਸਾਂਭ ਕੇ ਰੱਖਣ ਵਾਲਾ ਸੋਨੇ ਦਾ ਬਿਸਕੁਟ ਤੁਸੀਂ ਲੈਣਾ ਤਾਂ ਬਹੁਤ ਪ੍ਰਾਈਸ ਜਿਹੜੀ ਇਹ ਘਟੀ ਹੋਈ ਹੈ ਸੋ ਹੁਣ ਲੈ ਲਓ $2,260 ਦੇ ਵਿੱਚ ਕੈਨੇਡੀਅਨ 'ਚ ਤੁਹਾਨੂੰ ਮਿਲ ਜੂਗਾ ਸੋਨੇ ਦਾ ਬਿਸਕੁਟ ਤੇ ਜੇ ਤੁਹਾਡੇ ਕੋਲ US ਡਾਲਰ ਹੈ ਫਿਰ $1,740 'ਚ ਮਿਲ ਜੂਗਾ 30 ਗ੍ਰਾਮ ਦਾ ਸੋਨੇ ਦਾ ਕੜਾ ਤੁਸੀਂ ਲੈਣਾ ਹੈ 30 ਗ੍ਰਾਮ ਦਾ ਸੋਨੇ ਦਾ ਕੜਾ ਸਿੱਧੇ ਇਕੱਠੇ ਹੀ $60-70 ਘਟੇ ਹੋਏ ਨੇਗੇ ਸੋ 30 ਗ੍ਰਾਮ ਦਾ ਸੋਨੇ ਦਾ ਕੜਾ ਉਹ ਵੀ 24 ਕੈਰਟ ਦਾ ਸਿਰਫ $2,200 ਦੇ ਵਿੱਚ ਤੇ ਡਾਇਮੰਡ ਦੀ ਖਰੀਦਦਾਰੀ ਕਰਨੀ ਹੈ ਤਾਂ ਸਾਡੇ ਵੱਲੋਂ ਸਪੈਸ਼ਲ ਡਿਸਕਾਊਂਟ ਤੁਸੀਂ ਇੱਕ ਵਾਰੀ ਰੰਗ ਪਰਦੇਸੀ ਜਾਂ ਫਿਰ ਪ੍ਰੋਗਰਾਮ ਹਕੀਕਤ ਦਾ ਹਵਾਲਾ ਦੇ ਦਿਓ ਤੁਹਾਨੂੰ 12% ਦਾ ਡਿਸਕਾਊਂਟ ਡਾਇਮੰਡ ਦੀ ਜਵੈਲਰੀ ਤੇ ਦਿੱਤਾ ਜਾਊਗਾ ਆਪਣੀ ਖਰੀਦ ਫਰੋਖਤ ਕਰ ਲਿਓ ਪਹਿਲਾਂ ਬਾਅਦ ਚੋਂ ਦੱਸ ਦਿਓ ਵੀ ਭਾਈ ਆਹ ਪ੍ਰੋਗਰਾਮ ਸੁਣ ਕੇ ਆਏ ਸੀਗੇ ਸੋ ਮਹਿੰਗਾ ਸਿੰਘ ਸਰਾਫ ਮੁੱਲਾਪੁਰ ਵਾਲਿਆਂ ਦਾ ਨੰਬਰ 905-671-9934 905-671-9934 ਆਪਾਂ ਲੈਂਦੇ ਨੈਕਸਟ ਕਾਲ ਜੀ 6599 ਪਹਿਲਾਂ ਤਾਂ ਬਹੁਤ ਸ਼ੁਕਰੀਆ ਜੀ ਤੁਸੀਂ 12-13 ਮਿੰਟ ਕਾਲ ਹੋਲਡ ਕਰਕੇ ਰੱਖੀ ਆ ਕੋਈ ਨਹੀਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਸਟੋਰੀ ਤੇ ਠੀਕ ਹੈ ਜੀ ਪਰ ਇਹ ਸਟੋਰੀ ਦਾ ਇੱਕ ਪਾਸਾ ਹੈ ਇਹਦੇ ਹੋਰ ਵੀ ਕਈ ਮਤਲਬ ਪਹਿਲੂ ਹੈਗੇ ਆ ਨਹੀਂ ਨਹੀਂ ਦੱਸੋ ਜੀ ਇਸੇ ਕਰਕੇ ਆਪਾਂ ਕਹਾਣੀ ਤੇ ਚਰਚਾ ਦਾ ਵਿਸ਼ਾ ਹੀ ਇਦਾਂ ਰੱਖਿਆ ਵੀ ਚਰਚਾ ਕਰੋ ਹਾਂਜੀ ਮੈਂ ਤੁਹਾਨੂੰ ਦੱਸਦਾ ਆਪਣਾ ਇੱਕ ਤੇ ਨਾ ਆਪਾਂ ਜਿਹੜੀਆਂ ਆਪਣੀਆਂ ਨੈਤਿਕਤਾ ਤੇ ਕਦਰਾਂ ਕੀਮਤਾਂ ਭਾਜੀ ਅੱਗੇ ਵੀ ਕਹੇ ਗਏ ਵੀ ਬਿਲਕੁਲ ਭੁੱਲ ਚੁੱਕੇ ਆ ਗੁਆ ਚੁੱਕੇ ਆ ਜੀ ਤੇ ਦੂਸਰੀ ਇਹ ਗੱਲ ਹੈ ਵੀ ਕਈ ਕੁੜੀਆਂ ਉੱਥੋਂ ਅਫੋਰਡ ਕਰਦੀਆਂ ਹੋਈਆਂ ਵੀ ਇੱਥੇ ਆ ਜਾਂਦੀਆਂ ਮੁੜ ਕੇ ਇੱਥੇ ਇਮੀਗ੍ਰੇਸ਼ਨ ਲੈਣ ਦੀ ਖਾਤਰ ਇੱਥੇ ਇਮੀਗ੍ਰੈਂਟ ਜਾਂ ਸਿਟੀਜ਼ਨ ਮੁੰਡਿਆਂ ਨਾਲ ਕਰਕੇ ਵਿਆਹ ਤੇ ਉਹ ਵੀ ਇੱਦਾਂ ਹੀ ਕਰਦੀਆਂ ਜੀ ਜੀ ਕਿਉਂਕਿ ਇਹ ਸਾਡੀ ਤਾਂ ਆਪਣੀ ਉਦਾਂ ਹੱਡ ਬੀਤੀ ਹੈ ਜੀ ਵੈਸੇ ਹਾਂ ਮੈਨੂੰ ਲੱਗਦਾ ਤੁਸੀਂ ਇੱਕ ਦਿਨ ਪਹਿਲਾਂ ਕਾਲ ਕਰਕੇ ਦੱਸਿਆ ਸੀਗਾ ਬਿਲਕੁਲ ਵਿੱਚ ਹੀ ਆਟੇ ਦੇ ਵਿੱਚ ਲੂਣ ਵੀ ਜ਼ਰੂਰ ਕਦੇ ਕਦੇ ਮਿਕਸ ਹੁੰਦਾ ਆ ਮਨਪ੍ਰੀਤ
ਮੈਂ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਪੁਰਾਣੇ ਜ਼ਮਾਨਿਆਂ ਦੇ ਵਿੱਚ ਬਾਲ ਵਿਵਾਹ ਕੀਤੇ ਜਾਂਦੇ ਸੀ, ਹੈ ਨਾ? ਹਾਂਜੀ। ਤੇ ਫਿਰ ਮਾਡਰਨਾਈਜ਼ਡ ਏਰਾ ਆ ਗਿਆ, ਪਰ ਹੁਣ ਫਿਰ ਆਪਾਂ ਬੈਕਵਰਡ ਜਾ ਰਹੇ ਹਾਂ। ਆਈ ਥਿੰਕ ਮੈਂ ਮੰਨਦੀ ਹਾਂ 18 ਸਾਲ ਏਜ ਤੇ ਵਿਆਹ ਕਰ ਸਕਦੇ ਹਾਂ ਲੀਗਲੀ, ਰਾਈਟ? ਪਰ ਕੁੜੀਆਂ ਮੁੰਡਿਆਂ ਦੀ ਇੰਨੀ ਏਜ ਨਹੀਂ ਹੁੰਦੀ, ਐਕਸਪੀਰੀਅੰਸ ਨਹੀਂ ਹੁੰਦਾ ਉਹਨਾਂ ਨੂੰ ਕਿ ਉਹ ਦੋ ਪਰਿਵਾਰ ਹੈਂਡਲ ਕਰ ਸਕਣ, ਕਿਉਂਕਿ ਵਿਆਹ ਇੱਕ ਦੋ ਪਰਿਵਾਰਾਂ ਦਾ ਰਿਸ਼ਤਾ ਹੁੰਦਾ। ਤੇ ਜੇ ਆਪਾਂ ਦੇਖੀ ਜਾਵੇ ਖਰਚੇ ਦੀ ਗੱਲ, ਹੈ ਨਾ, ਕਿ ਕੁੜੀ ਵਾਲੇ ਮੁੰਡਿਆਂ ਤੋਂ ਪੈਸੇ ਲੈ ਲੈਂਦੇ ਆ ਤੇ ਕੁੜੀ ਨੂੰ ਬਾਹਰ ਭੇਜ ਦਿੰਦੇ ਆ 18-19 ਸਾਲ ਦੀ ਕੁੜੀ ਨੂੰ, ਰਾਈਟ? ਪਰ ਮਤਲਬ ਉਹ ਥੋੜੇ ਟਾਈਮ ਦਾ ਔਖਾ ਹੋਣਾ। ਅਗਰ ਪੇਰੈਂਟਸ ਨੂੰ ਇਹ ਸਮਝਣਾ ਚਾਹੀਦਾ ਕਿ ਉਹ ਆਪਦੀ ਕੁੜੀ ਦੇ ਲਈ ਥੋੜੇ ਟਾਈਮ ਲਈ ਜੇ ਔਖੇ ਹੋ ਜਾਣ ਤਾਂ ਪੂਰੀ ਜ਼ਿੰਦਗੀ ਉਹਦੀ ਸਵਾਰ ਸਕਦੇ ਆ, ਰਾਦਰ ਦੈਨ ਕਿ ਛੋਟੀ ਉਮਰ ਚ ਉਹਦਾ ਵਿਆਹ ਕਰਕੇ ਉਹਦੀ ਜ਼ਿੰਦਗੀ ਚ ਕੰਪਲੀਕੇਸ਼ਨਸ ਖੜੀਆਂ ਹੁੰਦੀਆਂ ਨੇ। ਇਹ ਪੇਰੈਂਟਸ ਨੂੰ ਸਮਝਣ ਦੀ ਬਹੁਤ ਲੋੜ ਆ, ਕਿਉਂਕਿ ਮੈਂ ਵੀ ਇੱਕ ਸਟੂਡੈਂਟ ਆ, ਮੈਂ ਵੀ ਸਟੂਡੈਂਟ ਵੀਜ਼ਾ ਤੇ ਆਈ ਹੋਈ ਆ, ਤੇ ਮੇਰੇ ਪੇਰੈਂਟਸ ਨੇ ਮੈਨੂੰ ਆਪਦੇ ਦਮ ਤੇ ਭੇਜਿਆ। ਔਖੇ ਉਹ ਵੀ ਹੋ ਰਹੇ ਨੇ, ਹਨਾ, ਮੈਂ ਵੀ ਕੰਮ ਕਰਦੀ ਆ, ਮੈਂ ਵੀ ਔਖੀ ਹੁੰਦੀ ਆ, ਪਰ ਇਹ ਥੋੜੇ ਟਾਈਮ ਦਾ ਔਖਾ, ਫਿਰ ਆਪਾਂ ਆਪਦੀ ਮਰਜ਼ੀ ਨਾਲ ਲਾਈਫ ਪਾਰਟਨਰ ਚੂਜ਼ ਕਰ ਸਕਦੇ ਆ। ਬਹੁਤ ਵਧੀਆ ਗੱਲ ਕਹੀ ਮਨਪ੍ਰੀਤ ਤੁਸੀਂ। ਪਰ ਮਨਪ੍ਰੀਤ, ਤੁਸੀਂ ਆਪਣੇ ਨਾਲ ਕੁੜੀਆਂ ਏਦਾਂ ਦੀਆਂ ਵੀ ਦੇਖੀਆਂ ਹੋਣੀਆਂ ਜਿਹੜੀਆਂ ਕਿ ਹਲੇ 19-19 ਸਾਲਾਂ ਦੀਆਂ ਨੇਗੀਆਂ, ਬੇਚਾਰੀਆਂ ਨੂੰ ਕੁਛ ਨੀ ਪਤਾ, ਨਾ ਆਟਾ ਗੁੰਨਣ ਦਾ, ਨਾ ਰੋਟੀ ਲਾਉਣ ਦਾ, ਨਾ ਕੰਮ ਦਾ ਹੀ ਉਹਨਾਂ ਨੂੰ ਕੋਈ ਹਜੇ ਹੁੰਦਾ ਚੱਜ ਕਰਨ ਦਾ ਵਿਚਾਰੀਆਂ ਨੂੰ, ਪਰ ਉਹ ਘਰਦਿਆਂ ਨੇ ਧੱਕਾ ਲਾ ਕੇ ਇੱਥੇ ਭੇਜ ਦਿੱਤੀ ਹੈ, ਨਾ ਉਹ ਆਪਣੇ ਲਾਈਫ ਪਾਰਟਨਰ ਨਾਲ ਹੈਪੀ ਹੁੰਦੀ ਹੈ, ਨਾ ਉਹ ਇੱਥੇ ਹੀ ਹੈਪੀ ਹੁੰਦੀ ਹੈ। ਹਾਂਜੀ, ਫਿਰ ਉਹਦੇ ਨਾਲ ਡਿਵੋਰਸਿਸ ਵੀ ਹੁੰਦੇ ਨੇ, ਹੈ ਨਾ? ਹਾਂ, ਉਹਦਾ ਕੀ ਫਾਇਦਾ ਕਿ ਕੰਪਲੀਕੇਸ਼ਨ ਖੜੀਆਂ ਹੁੰਦੀਆਂ, ਗਾਂ ਵਿਆਹ ਕਰਨਾ, ਇਹ ਤੋਂ ਚੰਗਾ ਕਿ ਥੋੜੇ ਟਾਈਮ ਲਈ ਔਖੇ ਹੋ ਜਾਓ ਤੇ ਪੂਰੀ ਜ਼ਿੰਦਗੀ। ਜੀ ਬਿਲਕੁਲ ਬਿਲਕੁਲ ਮਨਪ੍ਰੀਤ, ਬੜੇ ਵਧੀਆ ਵਿਚਾਰ ਨੇ ਤੁਹਾਡੇ, ਬਹੁਤ ਵਧੀਆ, ਥੈਂਕ ਯੂ। ਚੜ੍ਹਦੀ ਕਲਾ ਦੇ ਵਿੱਚ ਰਹੋ ਬੱਚੇ, ਤੇ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰੋ, ਇੱਥੇ ਇੰਨੀ ਦੂਰ ਤੁਸੀਂ ਆਏ ਹੋ, ਉਹਨਾਂ ਨੇ ਬੜੇ ਔਖੇ ਹੋ ਕੇ ਤੁਹਾਨੂੰ ਇੱਥੇ ਭੇਜਿਆ ਆ, ਤੇ ਉਹਨਾਂ ਦਾ ਸਿਰ ਹਮੇਸ਼ਾ ਉੱਚਾ ਰੱਖਿਓ। ਹਾਂਜੀ ਹਾਂਜੀ, ਬਹੁਤ ਸ਼ੁਕਰੀਆ ਮਨਪ੍ਰੀਤ, ਕਾਲ ਕਰਦੇ ਰਿਹਾ ਕਰੋ ਹਮੇਸ਼ਾ, ਥੈਂਕ ਯੂ। ਨੈਕਸਟ ਕਾਲ ਜੀ, ਰਕੇਸ਼ ਤੁਹਾਡੀ ਆਈਡੀ ਆ ਰਹੀ ਹੈ। ਆਪਣੀ ਜ਼ਿੰਦਗੀ ਦੋ ਐਕਸਪੀਰੀਅੰਸ ਦੱਸਦਾ, ਮੈਂ ਐਕਚੁਅਲੀ ਮੈਂ ਇੱਥੇ 84 ਦਾ 85 ਦਾ ਰਹਿਣਾ ਮੈਂ ਇੱਥੇ ਜੀ। ਤੇ 2-3 ਸਾਲ ਪਹਿਲਾਂ ਮੈਂ ਇੱਥੇ ਐਲਵੀ ਮਾਲ ਚ ਖੜਾ ਸੀਗਾ, ਮੈਂ ਦੇਖਿਆ ਕਿ ਇੱਕ ਕੁੜੀ ਜਿਹੜੀ ਆਪਣੀ ਇੰਡੀਅਨ ਸੀਗੀ, ਉਹ ਨਾ ਕਾਰਾਂ ਦੇ ਕੋਲ ਜਾਵੇ, ਮੈਂ ਕਿਹਾ ਪਤਾ ਨੀ ਕੁਛ ਵੇਚਦੀ ਆ ਕੀ ਆ। ਉਹ ਬਾਅਦ ਦੇ ਵਿੱਚ ਮੇਰੇ ਕੋਲ ਵੀ ਆ ਗਏ, ਮੈਨੂੰ ਉਹਨੇ ਕੋਈ ਗਲਤ, ਮੈਨੂੰ ਕਹਿੰਦੀ ਮੈਨੂੰ $20 ਚਾਹੀਦੇ ਆ, ਇੰਗਲਿਸ਼ ਚ ਮੈਨੂੰ ਕਿਹਾ। ਮੈਂ ਕਿਹਾ ਤੁਸੀਂ ਕੱਲ ਹੀ ਤੈਨੂੰ ਚਾਹੀਦੇ ਆ, ਉਹਨੇ ਮੈਨੂੰ ਗਲਤ ਕਿਹਾ ਵੀ ਤੂੰ ਮੈਨੂੰ ਕਿੱਦਾਂ ਯੂਜ਼ ਕਰ ਸਕਦਾ। ਮੈਨੂੰ ਬੜਾ ਗੁੱਸਾ ਚੜਿਆ, ਮੈਂ ਕਿਹਾ ਮੈਂ ਤੇਰੇ ਦਾ ਪਿਓ ਵਰਗਾ ਆ, ਮੈਂ ਕਿੱਦਾਂ ਤੁਸੀਂ ਇਹ ਗੱਲ ਕਰਦੇ ਆ। ਫਿਰ ਮੈਂ ਤੁਹਾਨੂੰ ਦੱਸਦਾ ਉਹਦੀ, ਚਲੋ ਮੈਂ ਗੱਲ ਕਹੀ, ਮੈਨੂੰ ਬੜਾ ਆਪਣੇ ਆਪ ਨੂੰ ਆਇਆ, ਮੈਂ ਕਿਸੇ ਉੱਥੋਂ ਕਾਰ ਲੈ ਕੇ ਚਲੇ ਗਿਆ ਅੱਗੇ। ਮੈਂ ਕਿਹਾ ਕੀ ਪਤਾ ਇਹਨਾਂ ਦੇ ਪੁਲਿਸ ਨੂੰ ਵੀ ਕਹਿ ਸਕਦੀ ਕੁਛ ਵੀ ਤਾਂ ਖਰਾਬ ਹੋ ਸਕਦਾ ਕੰਮ। ਫਿਰ ਇੱਕ ਕੁੜੀ ਨਾਲ ਸਾਡੇ ਇੱਦਾਂ ਹੋਇਆ ਸੀ, ਉਹਨੂੰ ਜਾਣਦੇ ਨੀ, ਅੰਮ੍ਰਿਤਸਰ ਦੀ ਕੁੜੀ ਆ, ਸਾਡੇ ਕੋਲ 2 ਸਾਲ ਹੋ ਗਏ ਰਹਿੰਦੀ ਨੂੰ, ਉਹਨੂੰ ਉਹਨੂੰ ਕੋਈ ਇੱਦਾਂ ਲੈ ਕੇ ਆਇਆ ਸੀਗਾ, ਉਹ ਨਾਲ ਲੜਾਈ ਝਗੜਾ ਹੋਇਆ, ਉਹਨੂੰ ਛੱਡ ਦਿੱਤਾ। ਉਹ ਕੁੜੀ ਸਾਡੇ ਕੋਲ, ਮੇਰੇ ਬੇਟੀ ਹੈ ਨੀ, ਮੇਰੇ 2 ਬੇਟੇ ਹੀ ਆ, ਉਸ ਅਸੀਂ ਉਹਨੂੰ ਬੇਟੀ ਬਣਾ ਕੇ ਰੱਖਿਆ ਆ, ਅਸੀਂ ਉਹਦੇ ਕੋਲੋਂ ਇੱਕ ਨਵਾਂ ਪੈਸਾ ਨੀ ਲੈਂਦੇ ਕੁੜੀ ਤੋਂ। ਹਾਲਾਂ ਉਹਦੇ ਨਾਲ ਸਾਡਾ ਕੋਈ ਕਨੈਕਸ਼ਨ ਵੀ ਨੀ, ਉਹ ਅੰਮ੍ਰਿਤਸਰ ਤੋਂ ਆ, ਅਸੀਂ ਜਲੰਧਰ ਵਗੈਰਾ ਤੋਂ ਆ, ਯੂਨੋ ਉਹ ਏਦਾਂ ਬਹੁਤ ਲੋਕਾਂ ਨਾਲ ਧੋਖੇ ਹੁੰਦੇ ਆ, ਕਈ ਆਪਣੇ ਆਪ ਨੂੰ ਮਿਸ ਯੂਜ ਕਰਦੇ ਆ ਜੋ ਵੀ ਹੈਗਾ ਸਿਰਫ ਪੈਸੇ ਕਰਕੇ। ਬਿਲਕੁਲ ਬਿਲਕੁਲ ਵੀਰ ਜੀ, ਸੋ ਪੈਸਾ ਬੜੀ ਇਹ ਚੀਜ਼ਾਂ ਕਰਾ ਦਿੰਦਾ ਆ, ਪੈਸਾ ਜਿਹੜਾ ਆ ਉਹ ਹੱਸਦੇ ਵਸਦੇ ਘਰ ਉਜਾੜ ਦਿੰਦਾ, ਹੋਰ ਪੈਸਾ ਪਾਉਣ ਦੀ ਤਾਂਘ ਦੇ ਵਿੱਚ ਅਸੀਂ ਆਪਣਾ ਪਰਿਵਾਰ। ਹਾਂਜੀ, ਹਰੇਕ ਬੰਦੇ ਦੀ ਪ੍ਰਾਈਸ ਹੁੰਦੀ ਆ, ਕੋਈ ਬੰਦਾ ਲੱਖਾਂ ਤੇ ਚਲੇ ਜਾਂਦਾ, ਕੋਈ ਦਸਾਂ ਵੀਹਾਂ ਤੇ ਚਲੇ ਜਾਂਦਾ ਜਿਹਨੂੰ, ਪਰ ਥੋੜਾ ਸਾਨੂੰ ਸੋਚਣਾ ਚਾਹੀਦਾ ਵੀ ਸਾਡੀ ਕਮਿਊਨਿਟੀ ਚੋਂ ਇੱਦਾਂ ਨਹੀਂ ਹੋਣਾ ਚਾਹੀਦਾ, ਜੋ ਵੀ ਹੈਗਾ ਉਹ ਠੀਕ ਤਰ੍ਹਾਂ ਹੋਣਾ ਚਾਹੀਦਾ ਜੋ ਵੀ ਹੈ। ਜੀ ਬਿਲਕੁਲ ਸਹੀ ਕਿਹਾ ਵੀਰ ਜੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ। ਤੇ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ, ਤੇ ਮੈਂ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਕਿ ਤੁਸੀਂ ਨਾ ਜਾਣਦਿਆਂ ਹੋਇਆਂ ਵੀ ਇੱਕ ਕੁੜੀ ਨੂੰ ਆਪਣੇ ਘਰ ਦੇ ਵਿੱਚ ਆਪਣੀ ਧੀ ਬਣਾ ਕੇ ਰੱਖਿਆ ਹੈ। ਬਿਲਕੁਲ, ਬਹੁਤ ਵੱਡੀ। ਹਾਂ ਬਿਲਕੁਲ ਬਿਲਕੁਲ, ਹਾਂ ਉਹਨੂੰ 28 ਸਾਲ ਦੇ ਕਰੀਬ ਹੋ ਗਏ ਆ ਜੀ, ਉਹਨੂੰ ਦੇਖ ਲਓ, ਮੈਂ ਡ੍ਰੌਪ ਵੀ ਕਰਨ ਚਲ ਜਾਂਦਾ ਜਾਂ ਉਹਨੂੰ ਲੈ ਵੀ ਆਉਂਦਾ ਜਿੱਦਾਂ ਵੀ ਕੰਮ ਕਰਦੀ ਆ। ਉਹਨੂੰ ਇੱਥੇ ਅਸੀਂ ਕੰਮ ਤੇ ਵੀ ਇੱਕ ਜਗ੍ਹਾ ਲਵਾਇਆ ਆਫਿਸ ਵਿੱਚ ਲਵਾ ਕੇ, ਉਹਨੂੰ ਕਿਹਾ ਜੇ ਤੂੰ ਪੜ੍ਹਨਾ ਚਾਹੁੰਦੀ ਤੂੰ ਪੜ੍ਹ ਲੈ, ਉਹਦਾ ਵੀ ਅਸੀਂ ਖਰਚਾ ਕਰਾਂਗੇ। ਜੀ ਜੀ, ਪਰਮਾਤਮਾ ਕਰੇ ਤੁਹਾਡੇ ਵਰਗੇ ਹੋਰ ਵੀ ਇਨਸਾਨ ਜਿਹੜੇ ਆ ਇੱਥੇ ਮਿਲਣ, ਤੇ ਜਿਹੜੀਆਂ ਕੁੜੀਆਂ ਨੇ ਜਿਹਨਾਂ ਕੋਲ ਸਹਾਰਾ ਹੈ ਨੀ ਕੋਈ, ਉਹਨਾਂ ਨੂੰ ਵੀ ਸਹਾਰਾ ਲੱਗ ਸਕੇ। ਬਹੁਤ ਸ਼ੁਕਰੀਆ ਮੇਰਾ ਵੀਰ, ਜਿਉਂਦੇ ਵਾਸਤੇ ਰਹੋ। ਮੇਰੇ 2 ਬੇਟੇ ਆ, ਇੱਕ ਲਾਇਰ ਆ, ਕ੍ਰਿਮੀਨਲ ਲਾਇਰ ਆ, ਇੱਕ ਹੈਗਾ ਚਾਰਟਰਡ ਅਕਾਊਂਟੈਂਟ ਆ। ਤਾਂ ਸਾਡੇ ਕੋਲ ਤਾਂ ਰੱਬ ਨੇ ਬਹੁਤ ਸਭ ਕੁਛ ਦਿੱਤਾ ਆ, ਜੋ ਵੀ ਜਿੰਨਾ ਕੁ ਚਾਹੀਦਾ ਆ ਜ਼ਰੂਰਤ ਲਈ ਜੀ। ਬਸ ਹਾਂਜੀ, ਇੱਦਾਂ ਆ, ਬਸ ਮੈਂ ਥੋੜੀ ਸ਼ੇਅਰ ਕਰਨੀ ਚਾਹੁੰਦਾ ਸੀ ਆਪਣੀ ਗੱਲ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ, ਥੈਂਕ ਯੂ ਜੀ। ਜੀ ਸਿਦੇਵ, ਦੋ ਸੰਦੇਸ਼ ਤੇ ਫਿਰ ਨੈਕਸਟ ਕਾਲ ਹੋਲਡ ਕਰਕੇ ਰੱਖੋ ਜੀ। ਜੀ, ਇੱਕ ਤਾਂ ਮੈਂ ਸੰਦੇਸ਼ ਦਊਂਗਾ ਜੀ, ਮੈਰੀ ਮੌਰਗੇਜ ਵਾਲਿਆਂ ਦਾ, ਤੁਸੀਂ ਲਾਇਸੈਂਸ ਲੈਣਾ ਆ, ਮੌਰਗੇਜ ਏਜੰਟ ਬਣਨਾ ਹੈਗਾ, ਤੇ ਟ੍ਰੇਨਿੰਗ ਦੇਣਗੇ
और तुहानू फील्ड विच सैट होने लई भी हैल्प करनगे सुखप्रीत सिंह हुणी मैरी मॉर्गेज तो। सो नंबर नोट कर लो जी 905-467-6373 905-467-6373 ते तुसी मॉर्गेज दे एजेंट बन सकदे हो। बस थोड़ी जी पढ़ाई करनी पऊगी ते तुहानू लाइसेंस जिहड़ा उह दवा देणगे। ते द फ्लेवर्स क्लासिक इंडियन कुजीन वाले भी प्रोग्राम नूं स्पॉन्सर कर रहे हैं जी। ये है 6435 डिक्सी रोड जून नंबर 8 दे विच करनी पार्क ते डिक्सी रोड का इंटरसैक्शन पैंदा है एसओ गैस स्टेशन के बिल्कुल पिछले पासे। और तुसीं जदों जाओगे तो जरूर प्रोग्राम का हवाला दिओ और तुहानूं बिल्कुल जिहड़ा जी फ्रैश फूड जिहड़ा कुक करके देणगे द फ्लेवर्स क्लासिक इंडियन कुजीन वाले 416-315-9000 ने कोई ऐ नेगा भी तुहाडा घर बस एक बार लाता बस चकलो हो गई जिहड़ा पहला बंदा आया उहनूं फड़ाता लीज ते नो बिलकुल अपना पूरा होमवर्क करके तुहाडा घर लीज करनगे। सो ज़्यादा जानकारी तुसी लैनी है तो इन्हों कॉल कर लियो 647-218-1300 से कॉल किया जा सकता। नैक्सट कॉल लैने जी आप 6283। हाँ जी सत श्रीकाल जी सत श्रीकाल स्वागत तुहाडा। हाँ जी मेरा होर ख्याल है मेरा यह ख्याल है भी इंडिया तो लोग इधर नु क्यों भजदे आ जां बाहरले देशां नु क्यों भजदे आ ए पिछे साडा सिस्टम ही एहो जिहा भी जिवें हुण विधवा कोई लेडी हुंदी आ उहनूं कोई सपोर्ट नहीं हुंदी ते जे किसे कोल माड़ी मोटी जमीन वगैरा हैगी आ उहनूं तां हैल्प हो जांदी आ ते जे किसे कोल है ही नहीं ते ओह बेचारी दा बुरा हाल हुंदा है ना। फिर इस करके बंदा इस पासे नूं सोचदा जे साडे लोकां नूं उत्थे जॉबां मिलदियां हुण ਜਿਵੇਂ ਇਥੋਂ ਦਾ ਇਹ ਸਿਸਟਮ ਹੈਗਾ ਵੀ ਚੱਲ ਜੇ ਕਿਸੇ ਕੋਲ ਹੋਰ ਵੀ ਕੁਛ ਨਹੀਂ ਹੈਗੇ ਵੈਲਫੇਅਰ ਹੈਗਾ ਉੱਥੇ ਤਾਂ ਜਿਹੜੇ ਹੈਗੇ ਨੇ ਪੋਲੀਟੀਸ਼ੀਅਨ ਨੇ ਉਹ ਆਪਦੇ ਢਿੱਡ ਭਰੀ ਜਾਂਦੇ ਲੋਕਾਂ ਬਾਰੇ ਤਾਂ ਸੋਚਦੇ ਹੀ ਨਹੀਂ ਹੈ ਨਾ। ਇਹ ਸਿਸਟਮ ਦਾ ਇੱਕ ਪੱਖ ਹੈਗਾ ਤੇ ਦੂਜੇ ਪਾਸੇ ਜਿਸ ਤਰ੍ਹਾਂ ਇਹ ਕੁੜੀਆਂ ਦੇ ਵਿਆਹ ਕਰਕੇ ਭੇਜਣੇ ਜਾਂ ਮੁੰਡਿਆਂ ਦੇ ਵਿਆਹ ਕਰਕੇ ਭੇਜਣੇ ਇਹ ਫਿਰ ਹੁਣ ਨਾ ਰਿਵਾਜ ਹੀ ਚੱਲ ਪਿਆ। ਉੱਥੇ ਪਿਛਲੇ ਦਸੰਬਰ 'ਚ ਅਸੀਂ ਗਏ ਸੀਗੇ ਤੇ ਹਰ ਇੱਕ ਦਿਨ ਜਿੱਥੇ ਵੀ ਕੋਈ ਮਿਲਣ ਆਉਂਦਾ ਸੀ ਜਾਂ ਮਿਲਣ ਜਾਂਦਾ ਸੀ ਬਸ ਤੁਹਾਡੇ ਬੱਚੇ ਕੀ ਕਰਦੇ ਜੀ ਆਈਲੈਟ ਕਰਦੇ ਆ ਤੇ ਜਾਣੀ ਲੋਕੀ ਫਿਰ ਉਸ ਸਿਸਟਮ ਨੂੰ ਐਂ ਵਿੱਚ ਪੈ ਜਾਂਦੇ ਆ ਤੇ ਉਹ ਬੁਰਾ ਸਮਝਦੇ ਹੀ ਨਹੀਂ ਹੈਗੇ ਤੇ ਇਹ ਤਾਂ ਉਹ ਬੱਚਿਆਂ ਨੂੰ ਸਫ਼ਰ ਕਰਨਾ ਪੈਂਦਾ ਉਹਨਾਂ ਵਿਚਾਰਿਆਂ ਦਾ ਹੀ ਮਤਲਬ ਬੁਰਾ ਹਾਲ ਹੋ ਜਾਂਦਾ ਇਹ ਸਿਸਟਮ ਦੇ ਵਿੱਚ ਆ ਕੇ। ਸੋ ਇਹੀ ਮੈਂ ਕਹਿਣਾ ਚਾਹੁੰਦੀ ਸੀ ਵੀ ਕਹਾਣੀ ਬਿਲਕੁਲ ਅੱਜ ਦੇ ਸਿਸਟਮ ਦੇ ਇਹ ਅੱਜ ਤੋਂ ਨਹੀਂ ਹੈਗਾ ਇਹ ਬਹੁਤ ਚਿਰ ਪਹਿਲਾਂ ਤੋਂ ਹੀ ਚੱਲਿਆ ਹੋਇਆ ਹੈ ਜੀ ਤੇ ਗਵਰਨਮੈਂਟ ਆ ਮੈਂ ਕਹਿੰਦੀ ਹੁਣ ਕੈਨੇਡਾ ਤੋਂ ਵੀ ਇੰਡੀਆ ਜਾਣਾ ਚਾਹੁੰਦਾ ਚੰਗਾ ਨੀ ਸਾਡੇ ਪੋਲੀਟੀਕਲ ਲੀਡਰਸ ਉੱਥੇ ਚੰਗੇ ਨੀ ਜੋ ਸਾਨੂੰ ਸਾਡੇ ਬੱਚਿਆਂ ਨੂੰ ਉੱਥੇ ਜੋਬਸ ਮਿਲਣੀਆਂ ਚਾਹੀਦੀਆਂ ਉਹ ਨਹੀਂ ਮਿਲਦੀਆਂ ਇਸ ਕਰਕੇ ਉਹ ਸਾਰਾ ਕੁਛ ਏਦਾਂ ਦਾ ਕਰਦੇ ਆ। ਬਹੁਤ ਸ਼ੁਕਰੀਆ ਜੀ ਇਹ ਵੀ ਇੱਕ ਪਹਿਲੂ ਆ ਇਹ ਵੀ ਇੱਕ ਪੱਖ ਆ ਤੁਸੀਂ ਠੀਕ ਕਹਿ ਰਹੇ ਹੋ ਬਹੁਤ ਸ਼ੁਕਰੀਆ ਜੀ ਤੁਹਾਡੀ ਕਾਲ ਵਾਸਤੇ ਬਹੁਤ ਧੰਨਵਾਦ। ਓਕੇ ਜੀ ਤੁਹਾਡਾ ਥੈਂਕ ਯੂ ਜੀ ਥੈਂਕ ਯੂ। ਬਿਲਕੁਲ ਜੀ ਸੋ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਰੰਗ ਪਰਦੇਸੀ ਤੁਸੀਂ ਕੋਈ ਗੱਲਬਾਤ ਕਰਨੀ ਹੈ ਤਾਂ ਫਿਰ ਸਾਡੇ ਸਟੂਡੀਓ ਦਾ ਨੰਬਰ 905-601-1350 905-601-1350 ਆਪਾਂ ਲੈਂਦੇ ਹਾਂ ਨੈਕਸਟ ਕਾਲ 5229 ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ। ਜਿਹੜੀ ਸਾਡੀ ਉੱਥੋਂ ਦੀ ਸੋਸ਼ਲ ਇਨਸਿਕਿਉਰਿਟੀ ਪੋਲੀਟੀਕਲ ਇਨਸਟੈਬਿਲਿਟੀ ਏਦਾਂ ਕਰਕੇ ਜਦੋਂ ਫੈਮਿਲੀਜ਼ ਦੇ ਵਿੱਚ ਬੱਚੇ ਆਉਂਦੇ ਆ ਤੇ ਮੈਂ ਇੱਕ ਹੁਣੇ ਪਹਿਲਾਂ ਜਿਹੜੇ ਭਾਈ ਸਾਹਿਬ ਨੇ ਕਿਹਾ ਹੈਗਾ ਜੇ ਕੋਈ ਬੱਚਾ ਤੁਹਾਡੇ ਕੋਲ ਅਪਰੋਚ ਕਰ ਰਿਹਾ ਹੈ ਤਾਂ ਉਹਨੂੰ ਉਹਦੀ ਉਹਨੂੰ ਨੀਵਾਂ ਨਾ ਦੇਖੋ ਉਹਦੀ ਪ੍ਰੋਬਲਮਸ ਹੈ ਉਹਦੀਆਂ ਕਰੈਕਟਰ ਅਸੈਸੀਨੇਸ਼ਨ ਨਹੀਂ ਹੈ। ਫਿਰ ਇੱਕ ਹੋਰ ਗੱਲ ਹੈ ਕਿ ਸਾਰੇ ਸਾਡੇ ਹੀ ਪਰਿਵਾਰ ਦੇ ਲੋਕ ਨੇ ਸਾਡੇ ਜੇ ਕੋਈ ਜਲੰਧਰੋਂ ਆ ਜੇ ਕੋਈ ਅੰਮ੍ਰਿਤਸਰੋਂ ਆ ਜੇ ਕਿਤੋਂ ਵੀ ਆ ਉਹਨਾਂ ਨੂੰ ਉਸੇ ਹੀ ਖੁਸ਼ੀ ਨਾਲ ਐਕਸੈਪਟ ਕਰੋ ਔਰ ਉਹਨਾਂ ਦੀਆਂ ਪ੍ਰੋਬਲਮ ਸੋਲਵ ਕਰੋ ਉਹਨਾਂ ਨੂੰ ਆਪਾਂ ਕਟਗਰੇ 'ਚ ਨਾ ਖੜੇ ਕਰੀਏ। ਮੈਂ ਹੁਣ ਅੱਜ ਤੋਂ 20 ਸਾਲ ਪਹਿਲਾਂ ਇੱਕ ਫੈਮਿਲੀ ਜਿਹੜਾ ਸਾਡਾ ਉੱਥੋਂ ਦਾ ਮੁਲਕ ਹੈ ਉਹਦੇ ਗੁਆਂਢੀ ਮੁਲਕ ਤੋਂ ਆਈ ਸੀ ਤੇ ਇੱਥੇ ਉਹਨਾਂ ਦੇ ਪਰਿਵਾਰਾਂ ਨੇ ਇਹਨਾਂ ਨੂੰ ਪੁੱਛ ਨਹੀਂ ਰਿਹਾ ਸੀ ਮੈਂ ਉਹਨਾਂ ਨੂੰ ਆਪਣੇ ਕੋਲ ਰੱਖ ਕੇ ਜਦ ਤੱਕ ਜੋਬ ਨਹੀਂ ਮਿਲੀ ਕੀਤਾ ਸੋ ਉਹ ਵੀ ਸਾਡੇ ਪਰਿਵਾਰ ਨੇ ਇਹ ਸਾਰੇ ਸਾਡੇ ਪਰਿਵਾਰ ਨੇ ਜੋ ਸਾਡੀਆਂ ਆਪਦੀਆਂ ਜਿਹੜੀਆਂ ਤੰਦਾਂ ਉਹਨਾਂ ਨੂੰ ਉਖੜਿਆ ਨਾ ਜਾਏ ਤੇ ਅਸੀਂ ਇਹ ਸੋਚਦੇ ਹਾਂ ਕਿ ਜਿਹੜੀ ਆਪਣੀ ਸਟੱਡੀ ਕੀਤੀ ਹੋਵੇ ਇਹਨਾਂ ਨੂੰ ਉਭਾਰੋ ਇਹਨਾਂ ਨੂੰ ਕਰੈਕਟਰ ਵਾਈਜ਼ ਉੱਚਾ ਕਰੋ ਇਹਨਾਂ ਦੀਆਂ ਪ੍ਰੋਬਲਮਾਂ ਸੋਲਵ ਕਰੋ ਬਸ ਇੰਨੀ ਹੀ ਬੇਨਤੀ ਹੈ। ਬਹੁਤ ਸ਼ੁਕਰੀਆ ਵੀਰ ਜੀ ਬੜੇ ਵਧੀਆ ਵਿਚਾਰ ਤੁਹਾਡੇ ਬਹੁਤ ਸ਼ੁਕਰੀਆ ਥੈਂਕ ਯੂ ਜੀ। ਜੀ ਇੱਕ ਸੰਦੇਸ਼ ਲੈ ਲਈਏ ਤੇ ਫਿਰ ਨੈਕਸਟ ਕਾਲ ਲੈਂਦੇ ਹਾਂ। ਮਾਂਗੜ ਜੀ ਹੋਲਡ ਕਰਕੇ ਰੱਖੋ
ਸੋ ਆਪਾਂ ਤੁਹਾਨੂੰ ਨੰਬਰ ਦੇ ਦਿੰਦੇ ਆ ਜੀ ਏਸ ਕੂਲਿੰਗ ਤੇ ਹੀਟਿੰਗ ਵਾਲਿਆਂ ਦਾ, ਤੁਸੀਂ ਨਵੀਂ ਫਰਨੈਸ ਲਵਾਉਣੀ ਹੈ ਜਾਂ ਫਿਰ ਪੁਰਾਣੀ ਫਰਨੈਸ ਨੂੰ ਅਪਗ੍ਰੇਡ ਕਰਾਉਣਾ ਤਾਂ 416-803-8053 ਤੇ ਤੁਸੀਂ ਕਾਲ ਕਰ ਸਕਦੇ ਹੋ। ਸੋ ਪੁਰਾਣੀ ਫਰਨੈਸ ਨੂੰ ਤੁਸੀਂ ਟਿਊਨ ਅਪ ਕਰਾਉਣਾ 416-803-8053। ਜਸ ਭੁੱਲਰ ਮੋਰਗੇਜ ਕਰਦੇ ਨੇ ਜੀ, ਰੈਜੀਡੈਂਸ਼ੀਅਲ ਤੇ ਦੋਨੋਂ ਹੀ ਸੇਵਾਵਾਂ ਤੁਹਾਨੂੰ ਇੱਥੇ ਮਿਲ ਜਾਣੀਆਂ। ਟਰੱਕ ਲੋਨ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਜਸ ਭੁੱਲਰ ਉਹਨਾਂ ਨੂੰ ਕਾਲ ਕਰ ਸਕਦੇ ਹੋ। ਸੋ ਜਸ ਭੁੱਲਰ ਉਹਨਾਂ ਦਾ ਨੰਬਰ 416-732-11, 416-732-11। ਬੋਲਦੇ ਨੇ ਇਹ, ਤੁਹਾਨੂੰ ਸਹੀ ਸਲਾਹ ਦਿੰਦੇ ਨੇ ਕਿਉਂਕਿ ਸਹੀ ਸਲਾਹ ਹਮੇਸ਼ਾ ਕੌੜੀ ਹੀ ਲੱਗਦੀ ਹੈ। ਤੇ ਪਹਿਲਾਂ ਤੁਸੀਂ ਕਾਲ ਕਰ ਲਿਓ ਜਦੋਂ 6 ਮਹੀਨੇ, ਸਾਲ ਜਾਂ ਫਿਰ ਤੁਸੀਂ ਹਲੇ ਪ੍ਰੋਪਰਟੀ ਲੈਣ ਦੀ ਸੋਚ ਰਹੇ ਹੋ ਤਾਂ ਹੀ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ, ਤਾਂ ਕਿ ਇਹ ਤੁਹਾਨੂੰ ਸਹੀ ਸਲਾਹ ਦੇ ਕੇ ਸਹੀ ਰਾਹ ਪਾ ਸਕਣ। ਸੋ 416-732-11 ਇਹਨਾਂ ਦਾ ਨੰਬਰ ਹੈ। ਪਾਓ ਆਈ ਪੀ ਟੀਵੀ ਵਾਲਿਆਂ ਤੋਂ ਤੁਸੀਂ ਆਈ ਪੀ ਟੀਵੀ ਲੈਣਾ ਜਿਹਦੇ ਵਿੱਚ ਸਾਰੇ ਹੀ ਚੈਨਲ ਚੱਲਦੇ ਨੇ, ਤਾਂ ਫਿਰ ਇਹਨਾਂ ਨੂੰ ਕਾਲ ਕਰ ਲਓ। ਗੱਲ ਇਹਦੇ ਵਿੱਚ ਇਹ ਆ ਕਿ ਤੁਹਾਡੇ ਤੁਸੀਂ ਅਗਰ ਤੁਹਾਡੇ ਕੋਲ ਡਾਟਾ ਹੈਗਾ, ਤੁਸੀਂ ਟਰੱਕ ਚਲਾਉਂਦੇ ਹੋ, USA ਨੂੰ ਚੱਲਦੇ ਹੋ, ਜਾਂ ਤੁਸੀਂ ਆਪਣੇ ਫੋਨਾਂ ਦੇ ਵਿੱਚ ਵੀ ਪਾ ਕੇ ਜਿੱਥੇ ਵੀ ਤੁਸੀਂ ਹੋਵੋਗੇ, ਜਿੱਥੇ ਵਾਈਫਾਈ ਦੇ ਜ਼ੋਨ ਦੇ ਵਿੱਚ, ਤੇ ਤੁਸੀਂ ਸੈੱਲ ਫੋਨਾਂ ਦੇ ਉੱਤੇ ਵੀ ਆਈ ਪੀ ਟੀਵੀ ਪੂਰੇ ਦਾ ਪੂਰਾ ਦੇਖ ਸਕਦੇ ਹੋ। ਫਰਵਰੀ ਮਹੀਨੇ ਦੀ ਬਹੁਤ ਸਪੈਸ਼ਲ ਸੇਲ ਲੱਗੀ ਹੋਈ ਆ ਜੀ, 416-859-8484 ਤੇ ਸੰਪਰਕ ਕਰ ਲਿਓ। ਤੇ ਨਾਲ ਹੀ ਅਗਰ ਤੁਹਾਡੀ ਇੰਟਰਨੈਟ ਘਰ ਦੇ ਵਿੱਚ ਜਾਂ ਬਿਜ਼ਨਸ ਦੇ ਉੱਤੇ ਵਧੀਆ ਨਹੀਂ ਚੱਲ ਰਹੀ ਤੇ ਬੈਸਟ ਪੈਕੇਜ ਤੁਸੀਂ ਲੈਣਾ ਚਾਹੁੰਦੇ ਹੋ, ਤਾਂ ਫਿਰ ਤੁਸੀਂ ਵਨ ਟੱਚ ਕਮਿਊਨੀਕੇਸ਼ਨ ਦੇ ਨਾਲ ਜ਼ਰੂਰ ਸੰਪਰਕ ਕਰ ਲੈਣਾ। ਔਰ ਘਰ ਦਾ ਫੋਨ ਲੋਕਲ ਵੀ ਹੋਏਗਾ, ਵਰਲਡ ਵਾਈਡ ਇੰਡੀਆ ਦੇ ਬਹੁਤ ਸਾਰੇ, ਇੰਡੀਆ ਦੇ ਨਾਲ ਨਾਲ 60 ਹੋਰ ਕੰਟਰੀ ਨੇ ਜਿੱਥੇ ਤੁਸੀਂ ਗੱਲਬਾਤ ਕਰਨੀ ਆ। ਔਰ ਖਾਸੀਅਤ ਇਹਦੀ ਪਲਾਨ ਦੀ ਇਹ ਆ ਕਿ ਇਹਨਾਂ ਕੰਟਰੀਆਂ ਦੇ ਵਿੱਚ ਲੈਂਡਲਾਈਨ ਤੇ ਸੈੱਲ ਫੋਨ ਦੋਨਾਂ ਦੇ ਉੱਤੇ ਹੀ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਪ੍ਰਾਈਸ ਜਿਹੜੀ ਉਹ ਵਾਰ ਵਾਰ ਨਹੀਂ ਵਧਣੀ। ਅਗਰ ਤੁਹਾਡੀ ਮੰਥਲੀ ਬਿਲਿੰਗ $20 ਤੋਂ ਜ਼ਿਆਦਾ ਆ ਤੇ ਵਨ ਟੱਚ ਵਾਲੇ ਕਹਿੰਦੇ ਆ ਵੀ ਪਲਾਨ ਸਾਡੇ ਕੋਲ ਲੈ ਲਓ, ਬਿੱਲ ਤੁਹਾਡਾ ਵਾਰ ਵਾਰ ਨਹੀਂ ਵਧੂਗਾ। ਤੁਹਾਡਾ ਬਿਜ਼ਨਸ ਹੈ, ਤੁਹਾਨੂੰ ਬਿਜ਼ਨਸ ਇੰਟਰਨੈਟ ਚਾਹੀਦੀ ਹੈ, ਬਿਜ਼ਨਸ ਫੋਨਲਾਈਨ ਚਾਹੀਦੀ ਆ, ਤਾਂ ਫਿਰ ਵਨ ਟੱਚ ਕਮਿਊਨੀਕੇਸ਼ਨ 8 ਮੈਲਨੀ ਯੂਨਿਟ 203 ਬ੍ਰੈਂਪਟਨ ਦੇ ਵਿੱਚ ਨੇ, 905-203-3636। ਸਪੈਸ਼ਲ ਪਲਾਨ ਆਇਆ ਜੀ ਵਨ ਟੱਚ ਵਾਲਿਆਂ ਕੋਲ, $99 ਦੇ ਵਿੱਚ ਪੂਰੇ ਸਾਲ ਦੀ ਪੇਮੈਂਟ ਤੁਸੀਂ ਕਰਕੇ ਟਾਕ ਐਂਡ ਟੈਕਸਟ ਕੈਨੇਡਾ ਵਾਈਡ। ਬੱਚਿਆਂ ਵਾਸਤੇ, ਬਜ਼ੁਰਗਾਂ ਵਾਸਤੇ ਬੜਾ ਵਧੀਆ ਪਲਾਨ ਆ, ਜਾਂ ਫਿਰ ਜਿਹੜੀਆਂ ਲੇਡੀਜ਼ ਘਰ ਦੇ ਵਿੱਚ ਰਹਿੰਦੀਆਂ ਨੇਗੀਆਂ, ਹਲੇ ਜੋਬ ਨਹੀਂ ਕਰਦੇ ਬਾਹਰ, ਤਾਂ ਫਿਰ ਬਹੁਤ ਵਧੀਆ ਪਲਾਨ, ਤੁਸੀਂ ਪੈਸੇ ਬਹੁਤ ਸਾਰੇ ਸੇਵ ਕਰ ਸਕਦੇ ਹੋ। $10 ਤੋਂ ਵੀ ਨੀਚੇ ਪੈਂਦਾ ਆ ਪਰ ਮੰਥ। ਸੋ ਅਨਲਿਮਿਟਿਡ ਟਾਕ ਐਂਡ ਟੈਕਸਟ $99 ਚ, $99 ਚ ਪੂਰੇ ਸਾਲ ਦੀ ਪੇਮੈਂਟ। ਜ਼ਿਆਦਾ ਜਾਣਕਾਰੀ ਵਾਸਤੇ ਕਾਲ ਕਰ ਲਿਓ 905-203-3636। 11 ਵਜੇ ਖੁੱਲਣਗੇ, 11 ਵਜੇ ਤੋਂ 6 ਵਜੇ ਦੇ ਵਿਚਕਾਰ ਤੁਸੀਂ 7 ਦਿਨ ਕਾਲ ਕਰ ਸਕਦੇ ਹੋ, 905-203-3636। ਨੈਕਸਟ ਕਾਲ ਲੈਂਦੇ ਹਾਂ ਜੀ, ਤੇ ਲਾਸਟ ਕਾਲ ਹੋਊਗੀ ਇਸ ਸੈਗਮੈਂਟ ਦੀ, ਤੇ ਫਿਰ ਰੈਪ ਅਪ ਕਰਦੇ ਹਾਂ। ਜੀ ਮਾਂਗਟ, ਤੁਹਾਡੀ ਆਈਡੀ ਆਉਂਦੀ ਹੈ, ਸਵਾਗਤ ਹੈ ਜੀ ਤੁਹਾਡਾ। ਸਤਿ ਸ੍ਰੀ ਅਕਾਲ ਜੀ, ਪਹਿਲਾਂ ਬਹੁਤ ਨੇ ਕਾਲ ਆਈਆਂ, ਮਨਪ੍ਰੀਤ ਦੀ ਕਾਲ ਆਈ ਆ, ਬਹੁਤ ਸ਼ਲਾਘਾਯੋਗ ਸੀ ਜੀ, ਵਧੀਆ ਉਹਨੇ ਕੀਤਾ। ਪਰ ਜੇ ਤੁਸੀਂ ਬੱਚਿਆਂ ਨੂੰ ਕੁੜੀਆਂ ਨੂੰ ਭੇਜਦੇ ਹੋ ਜੀ, ਜੇ ਤਾਂ ਆਪਦੇ ਦਮ ਤੇ ਭੇਜੋ, ਉਹ ਤਾਂ ਪੈਸੇ ਲਵਾ ਕੇ ਮੁੰਡਿਆਂ ਦੇ ਆ ਜਾਂਦੇ ਆ, ਫਿਰ ਇੱਥੇ ਪਤਾ ਗੱਲ ਕੋਚ ਤੋਂ ਵੀ ਆ ਜਾਂਦੇ ਨੇ, ਕੁਛ ਨਾ ਕੁੜੀਆਂ ਇੱਥੇ ਗਲਤ ਗਾਈਡਨੈਸ ਦਿੰਦੇ ਲੈ, ਆਹੀ ਤਾਂ ਉਮਰ ਵਧੀਆ ਹੁੰਦੀ ਆ ਫਨ ਕਰਨ ਦੀ, ਆ ਤੂੰ ਕਿੱਥੇ ਵਿਆਹ ਕਰਾ ਰਿਹਾ, ਛੱਡ ਪਰੇ। ਉਹ ਕਈ ਵਾਰ ਉਹ ਬੱਚੇ ਹੋਣ ਕਰਕੇ ਉਹ ਸੋਚਣਾ ਪੈਂਦਾ ਵੀ ਦੂਜੀ ਉਹ ਵੀ ਲੈ, ਮੈਂ ਕਿਹਾ ਸੱਦਿਆਂ ਨੂੰ ਹਜੇ ਮੈਂ ਤਾਂ ਹੀ ਸੱਦਿਆ ਗਾ, ਇੱਥੇ ਵਾਧੂ ਵਾਧੂ ਹਾਈ ਖਾ ਖਾ ਹੋਊਗੀ ਮੇਰੇ ਨਾਲ ਇੱਥੇ, ਮੈਂ ਤਾਂ ਹੀ ਸੱਦਿਆ। ਉਹ ਨੀ ਗਲਤ ਗਾਈਡਨੈਸ ਕਰ, ਝੂਠ ਬੋਲ ਦੂਜਾ ਬੰਦਾ, ਉਹ ਉਸ ਨੂੰ ਬਹੁਤ ਕੈਚ ਕਰਦੀਆਂ ਨੇ। ਯਾਨੀ ਮਨਪ੍ਰੀਤ ਦੀ ਕਾਲ ਬੜੀ ਸ਼ਲਾਘਾਯੋਗ ਸੀ, ਜੇ ਆਉਣਾ ਤਾਂ ਆਪਦੇ ਦਮ ਤੇ ਆਓ ਤੇ ਆਪਦਾ ਵਧੀਆ ਚੋਇਸ ਕਰਦੇ। ਮੈਂ ਉਹਦੀ ਬਹੁਤ ਉਹਦਾ ਥੈਂਕ ਯੂ ਕਰਨਾ ਚਾਹੁੰਦਾ ਜੀ। ਜੀ ਬਹੁਤ ਸ਼ੁਕਰੀਆ ਵੀਰੇ, ਬਹੁਤ ਸ਼ੁਕਰੀਆ। ਬਿਲਕੁਲ, ਜੇ ਕਿਸੇ ਰਿਸ਼ਤੇਦਾਰ ਦੀ, ਕਿਸੇ ਭੈਣ ਭਰਾ ਦੀ ਹੈਲਪ ਕਰ ਸਕਦੇ ਹੋ ਕੈਨੇਡਾ ਬੈਠੇ, ਜੇ ਸਿਸਟਮ ਨੂੰ ਚੇਂਜ ਕਰਨਾ ਚਾਹੁੰਦੇ ਹੋ, ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਹੋ, ਤੇ ਜੇ ਤੁਸੀਂ ਲੋਨ ਦੇ ਵਜੋਂ ਵੀ ਉਹਨਾਂ ਦੀ ਪਰਿਵਾਰਾਂ ਨੂੰ ਤੁਸੀਂ ਦੇ ਸਕਦੇ ਹੋ ਪੈਸੇ, ਤਾਂ ਜ਼ਰੂਰ ਤੁਸੀਂ ਦਿਓ, ਤਾਂ ਕਿ ਜਿਹੜਾ ਇੱਦਾਂ ਦੇ ਕੰਮ ਨੂੰ ਆਪਾਂ ਖਤਮ ਕਰ ਸਕੀਏ, ਤਾਂ ਕਿ ਆਉਣ ਵਾਲੀਆਂ ਜਨਰੇਸ਼ਨਸ ਦੇ ਵਿੱਚ ਜਿਹੜੇ ਇਹ ਡਾਇਵੋਰਸ ਨੇ ਇਹ ਰੋਜ਼ ਰੋਜ਼ ਨਾ ਹੋਣ, ਤਾਂ ਕਿ ਇੱਥੇ ਜਿਹੜੀਆਂ ਧੀਆਂ ਆਉਂਦੀਆਂ ਨੇਗੀਆਂ ਛੋਟੀਆਂ ਛੋਟੀਆਂ ਉਮਰਾਂ ਦੇ ਵਿੱਚ, ਉਹਨਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਨੇ ਉਹ ਖਰਾਬ ਨਾ ਹੋ ਸਕਣ। ਲੋਨ ਜਿਹੜਾ ਆ ਗਵਰਨਮੈਂਟ ਤੋਂ ਕਈ ਵਾਰੀ ਤਾਂ ਉੱਥੇ ਮਿਲ ਜਾਂਦਾ ਜੇ ਤੁਹਾਡੇ ਕੋਲ ਮਾੜਾ ਮੋਟਾ ਘਰ ਬਾਰ ਹੈਗਾ, ਬਟ ਨਹੀਂ ਤਾਂ ਲੋਨ ਲੈਣ ਦੇ ਵਿੱਚ ਵੀ ਕਾਫੀ ਮੁਸ਼ਕਲਾਂ ਆਉਂਦੀਆਂ ਨੇ। ਸੋ ਜੇ ਤੁਸੀਂ ਕੁਛ ਕਰ ਸਕਦੇ ਹੋ ਤਾਂ ਪਲੀਜ਼ ਜ਼ਰੂਰ ਕਰਿਆ ਕਰੋ ਆਪਣੇ ਰਿਸ਼ਤੇਦਾਰਾਂ ਭੈਣ ਭਰਾਵਾਂ ਵਾਸਤੇ। ਅਸੀਂ ਗੁਰਦੁਆਰਿਆਂ ਵਾਸਤੇ ਵੀ ਦਸਵੰਧ ਕੱਢਦੇ ਹਾਂ, ਅਸੀਂ ਰਿਲੀਜੀਅਸ ਪਲੇਸਿਸ ਨੂੰ ਵੀ ਦਾਨ ਦਿੰਦੇ ਹਾਂ। ਸੋ ਪਲੀਜ਼ ਜੇ ਤੁਹਾਡੇ 'ਚ ਹੈਸੀਅਤ ਹੈਗੀ ਆ ਦੇਣ ਦੀ, ਤਾਂ ਜ਼ਰੂਰ ਇਸ ਪਾਸੇ ਨੂੰ ਵੀ ਥੋੜ੍ਹਾ ਬਹੁਤ ਸੋਚਿਆ ਕਰੋ, ਤਾਂ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਵਾਰ ਸਕੀਏ। ਵੈਸੇ ਤਾਂ ਸਾਡੀ ਇਹ ਸੈਗਮੈਂਟ ਅਸੀਂ ਰੈਪ ਅਪ ਕਰਨੀ ਹੈ, ਪਰ ਇੱਕ ਲਾਸਟ ਕਾਲ ਲੈ ਲਈ ਇਸ 'ਤੇ ਜੀ। ਬਿਲਕੁਲ ਜੀ, 4512। ਰਾਜੀਵ ਭਾਜੀ ਸਤਿ ਸ੍ਰੀ ਅਕਾਲ, ਪਹਿਲਾਂ ਤਾਂ ਮੈਂ ਸੋਰੀ ਹੱਥ ਜੋੜ ਕੇ ਪਹਿਲਾਂ ਗੱਲ ਕਰਾਂ, ਮੈਂ ਲੇਟ ਹੋ ਗਿਆ ਥੋੜ੍ਹਾ ਜਿਹਾ,
ਰੇਡੀਓ ਲਾਉਣ ਨੂੰ। ਨੋ ਪ੍ਰੋਬਲਮ ਵੀਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ। ਧੰਨਵਾਦ ਜੀ ਤੁਹਾਡਾ। ਮੇਰਾ ਖਿਆਲ ਟੌਪਿਕ ਇਹੀ ਸੀ ਵੀ ਲੋਕ ਇੱਧਰ ਨੂੰ ਕਿਉਂ ਆਉਂਦੇ ਆ, ਜਾਂ ਬੱਚਿਆਂ ਨੂੰ ਜਾਂ ਬੱਚੀਆਂ ਨੂੰ ਮਤਲਬ ਪੈਸੇ ਵਗੈਰਾ ਦੇ ਕੇ ਗਲਤ ਤਰੀਕੇ ਨਾਲ ਭੇਜਦੇ ਆ, ਇਹੀ ਸੀ ਟੌਪਿਕ ਜੇ ਮੈਂ ਗਲਤ ਨਹੀਂ। ਵੀਰ ਜੀ ਇੱਕ ਕਹਾਣੀ ਆਪਣੀ ਸੈਗਮੈਂਟ ਸੀਗੀ ਸੰਦੀਪ ਦੀ, ਤੇ ਉਹਨਾਂ ਨੇ ਇੱਕ ਕਹਾਣੀ ਸੁਣਾਈ ਸੀ ਜਿਹਦੇ ਵਿੱਚ ਕਿ ਲੜਕੀ ਨੂੰ ਜਿਹੜਾ ਉਹਦੀ ਮਾਂ ਨੇ ਬਹੁਤ ਸਾਂਭ ਸਾਂਭ ਕੇ ਰੱਖਿਆ ਹੁੰਦਾ ਤੇ ਉਹਦੇ ਸਿਰ ਦੇ ਉੱਤੇ ਪਿਓ ਨਹੀਂ ਹੁੰਦਾ, ਤੇ ਬਾਅਦ ਦੇ ਵਿੱਚ ਕਿਸੇ ਦੇ ਕਹਿਣ ਤੇ ਉਹਨੂੰ ਬਾਹਰ ਭੇਜ ਦਿੱਤਾ ਜਾਂਦਾ, ਤੇ ਇੱਥੇ ਆ ਕੇ ਉਸ ਕੁੜੀ ਦੀ ਜਿਹੜੀ ਦਸ਼ਾ ਆ ਉਹ ਕੋਈ ਬਹੁਤੀ ਵਧੀਆ ਨਹੀਂ ਹੁੰਦੀ, ਉਹਦੇ ਨਾਲ ਬਹੁਤ ਧੱਕਾ ਤੇ ਵਧੀਕੀਆਂ ਹੁੰਦੀਆਂ ਨੇ। ਸੋ ਇਹ ਸੀਗੀ ਅੱਜ ਦੀ ਕਹਾਣੀ ਤੇ ਇਹਦੇ ਉੱਪਰ ਹੀ ਚਰਚਾ ਚੱਲਦੀ ਸੀ। ਸੌਰੀ ਮੈਂ ਤੁਹਾਡਾ ਟਾਈਮ ਵੀ ਲੈ ਗਿਆ ਤੇ ਲੇਟ ਸੀ। ਜਿਹੜੀ ਪਿੱਛੇ ਇੱਕ ਗੱਲ ਆਈ ਸੀ ਨਾ, ਸਾਡੇ ਤਾਂ ਛੋਟੀ ਭੈਣ ਜਾਂ ਬੇਟੀਆਂ ਨੂੰ ਕਹਿ ਸਕਦੇ ਹਾਂ, ਮੇਰਾ ਬੇਟਾ 21 ਸਾਲ ਦਾ, ਉਹਦੀ ਕਾਲ ਬਹੁਤ ਵਧੀਆ ਸੀ ਬਈ, ਬੜੀ ਜ਼ਿੰਮੇਵਾਰੀ ਨਾਲ ਭੇਜੋ ਬੱਚਿਆਂ ਨੂੰ, ਕਦੇ ਵੀ ਮਤਲਬ ਬੇਟਾ ਜਾਂ ਬੇਟੀ ਉਹ ਗਲਤ ਤਰੀਕੇ ਨਾਲ ਨਾ ਉਹਨਾਂ ਨੂੰ ਭੇਜੋ, ਆਈਲੈਟਸ ਕਰਾ ਕੇ ਪ੍ਰੋਪਰ ਲੀਗਲੀ ਵੇ ਭੇਜੋ, ਤੇ ਬੱਚਾ ਫਿਰ ਦੇਖੋ ਨਾ, ਇਹ ਕੋਈ ਛੋਟਾ ਜਿਹਾ ਤਾਂ ਡਿਸੀਜਨ ਹੈ ਨੀਗਾ ਲਾਈਫ ਪਾਰਟਨਰ ਚੁਣਨਾ, ਉਹਦਾ ਪੜ੍ਹਾਈ ਦਾ ਵੀ ਲੈਵਲ ਹੋਣਾ ਚਾਹੀਦਾ, ਉਹਦੀ ਨੇਚਰ ਵੀ ਮਿਲਣੀ ਚਾਹੀਦੀ ਆ, ਫਿਰ ਉਹ ਆਪਦੀ ਮਰਜ਼ੀ ਨਾਲ ਪ੍ਰੋਪਰ ਮਤਲਬ ਆਪਣਾ ਲਾਈਫ ਪਾਰਟਨਰ ਚੁਣ ਸਕਦੇ ਆ। ਉਹ ਵਧੀਆ ਕਾਲ ਸੀ ਬੇਟੀਆਂ ਦੀ ਜੀ, ਬਿਲਕੁਲ। ਬਾਕੀ ਜੁੜਦੇ ਆ ਜੀ ਨਾਲ, ਮੈਂ ਫਿਰ ਦੁਬਾਰੇ ਕਰਾਂਗਾ, ਸੌਰੀ ਮੈਂ ਲੇਟ ਹੋ ਗਿਆ। ਬਹੁਤ ਸ਼ੁਕਰੀਆ, ਥੈਂਕ ਯੂ, ਧੰਨਵਾਦ ਜੀ ਸੰਦੀਪ। ਹੁਣ ਆਪਾਂ ਰੈਪ ਅਪ ਕਰਦੇ ਹਾਂ ਇਸ ਸੈਗਮੈਂਟ ਨੂੰ, ਆਪਣੇ ਥੋੜੇ 10 ਮਿੰਟ ਉੱਪਰ ਚਲੇ ਗਏ ਨੇਗੇ। ਜੀ ਬਿਲਕੁਲ, ਬਹੁਤ ਸੋਹਣੇ ਖਿਆਲ ਜਿਹੜੇ ਨੇ ਸਾਡੇ ਸਰੋਤਿਆਂ ਨੇ ਸਾਂਝੇ ਕੀਤੇ ਨੇ, ਬਹੁਤ ਧੰਨਵਾਦ ਕਰਦੇ ਹਾਂ। ਕੁਛ ਨਵੇਂ ਸਰੋਤੇ ਜਿਨ੍ਹਾਂ ਨੇ ਕਾਲ ਕੀਤੀ ਅੱਜ, ਔਰ ਬੜੀ ਖੁਸ਼ੀ ਹੁੰਦੀ ਹੈ ਜਦੋਂ ਨੌਜਵਾਨ ਜੁੜਦੇ ਨੇ ਨਾ ਸਾਡੇ ਨਾਲ, ਤੇ ਉਹਨਾਂ ਦੇ ਜਿਹੜੇ ਵਿਚਾਰ ਨੇ, ਕਿਉਂਕਿ ਅਸੀਂ ਕਹਾਣੀਆਂ ਵੀ ਇੱਦਾਂ ਦੀਆਂ ਲੈ ਕੇ ਆਉਂਦੇ ਹਾਂ ਜੋ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਨਾਲ ਜੁੜਦੀਆਂ ਨੇ, ਔਰ ਜਦੋਂ ਨੌਜਵਾਨ ਹਿੱਸਾ ਲੈਂਦੇ ਨੇ ਤੇ ਹੋਰ ਵੀ ਵਧੀਆ ਲੱਗਦਾ ਉਹਨਾਂ ਦੇ ਬਾਰੇ ਉਹਨਾਂ ਦੇ ਵਿਚਾਰ ਸੁਣ ਕੇ। ਸੋ ਵਾਕਈ ਅੱਜ ਸਾਨੂੰ ਸੋਚਣ ਦੀ ਲੋੜ ਹੈ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸਥਿਤੀਆਂ ਨੇ, ਜੋ ਹਾਲਾਤ ਬਣ ਗਏ ਨੇ, ਇਹਦੇ ਪਿੱਛੇ ਕੀ ਕਾਰਨ ਹੈ। ਸੋ ਕਿਸੇ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਦੇ ਨਾਲ ਖੇਡਣ ਤੋਂ ਪਹਿਲਾਂ ਇਹ ਸਾਨੂੰ ਜ਼ਰੂਰ ਸੋਚ ਲੈਣਾ ਚਾਹੀਦਾ ਕਿ ਅੱਜ ਅਸੀਂ ਅਗਰ ਕਿਸੇ ਦੇ ਨਾਲ ਕੁਛ ਮਾੜਾ ਚੰਗਾ ਕਿਸੇ ਬਾਰੇ ਸੋਚ ਰਹੇ ਹਾਂ ਜਾਂ ਉਹਨਾਂ ਨਾਲ ਕਰ ਰਹੇ ਹਾਂ, ਤਾਂ ਇੱਦਾਂ ਕੱਲ ਨੂੰ ਸਾਡੇ ਨਾਲ ਵੀ ਹੋ ਸਕਦਾ ਹੈ। ਸੋ ਕਹਿੰਦੇ ਨੇ ਵੀ ਧੋਖਾ ਬਿਲਕੁਲ ਨਹੀਂ ਕਰਨਾ, ਮਿਸਯੂਜ਼ ਜਿਹੜਾ ਕਿਸੇ ਦਾ ਨਾ ਕੀਤਾ ਜਾਵੇ, ਇਸਤੇਮਾਲ ਕਿਸੇ ਦਾ ਨਾ ਕੀਤਾ ਜਾਵੇ, ਔਰ ਜਿਹੜਾ ਜਦ ਵੀ ਅਸੀਂ ਕੋਈ ਰਿਸ਼ਤਾ ਕਰਦੇ ਹਾਂ ਤੇ ਉੱਥੇ ਪੈਸਾ ਰੁਤਬਾ ਜਿਹੜਾ ਹੈ ਉਹ ਨਾ ਦੇਖਿਆ ਜਾਵੇ, ਬਲਕਿ ਇਨਸਾਨ ਦੇਖਿਆ ਜਾਵੇ ਕਿ ਉਹ ਕਿਸ ਤਰ੍ਹਾਂ ਦਾ, ਉਸਦਾ ਕਰੈਕਟਰ ਕਿਸ ਤਰ੍ਹਾਂ ਦਾ ਹੈ। ਸੋ ਰਿਸ਼ਤਿਆਂ ਦਾ ਘਾਣ ਜਿਹੜਾ ਹੈ ਉਹ ਨਾ ਹੋਵੇ, ਕਿਉਂਕਿ ਵਿਆਹਾਂ ਨੂੰ ਅੱਜ ਕੱਲ ਬਿਜ਼ਨਸ ਅਸੀਂ ਜ਼ਿਆਦਾ ਬਣਾ ਲਿਆ ਹੈ। ਸੋ ਵਿਆਹ ਵਿਆਹ ਨਾ ਹੋ ਕੇ ਇੱਕ ਬਿਜ਼ਨਸ ਬਣ ਕੇ ਰਹਿ ਗਏ ਨੇ, ਕਿਤੇ ਨਾ ਕਿਤੇ ਅਸੀਂ ਇਹ ਵੀ ਦੇਖਿਆ ਹੈ। ਸੋ ਇੱਕ ਵਧੀਆ ਜਿਹੜੀ ਸੋਚ ਹੈ ਉਸਨੂੰ ਅਸੀਂ ਰੱਖੀਏ, ਵੱਡੀ ਸੋਚ ਦਾ ਕਹਿੰਦੇ ਹੁੰਦੇ ਨੇ ਕਿ ਵੱਡਾ ਜਾਦੂ ਹੁੰਦਾ ਹੈ। ਸੋ ਇੱਕ ਚੰਗੀ ਸੋਚ ਲੈ ਕੇ ਅਸੀਂ ਚੱਲੀਏ, ਵਧੀਆ ਸਾਨੂੰ ਗਾਈਡਲਾਈਨ, ਚੰਗੇ ਆਪਣਾ ਆਲਾ ਦੁਆਲਾ ਜਿਹੜਾ ਹੈ ਵਧੀਆ ਲੋਕਾਂ ਦੇ ਨਾਲ ਰੱਖੀਏ, ਵਧੀਆ ਸੋਚ ਵਾਲੀ ਲੋਕਾਂ ਦੇ ਨਾਲ ਰੱਖਾਂਗੇ ਤੇ ਸਾਨੂੰ ਅੱਗੇ ਵਧੀਆ ਜਿਹੜਾ ਸਾਡੀ ਲਾਈਫ ਹੈ ਉਹ ਵੀ ਬਣ ਸਕਦੀ ਹੈ। ਸੋ ਸਾਡੇ ਨੌਜਵਾਨ ਬਹੁਤ ਸਿਆਣੇ ਨੇ, ਬੱਚੇ ਮਾਪਿਆਂ ਦੀ ਜਿਹੜੀ ਹੈ ਉਹ ਗੱਲ ਜ਼ਰੂਰ ਸੁਣਨ, ਪਰ ਮਾਪੇ ਵੀ ਬੱਚਿਆਂ ਦੀ ਗੱਲ ਜਿਹੜੀ ਹੈ ਜ਼ਰੂਰ ਸੁਣਨ। ਸੋ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਈਏ ਔਰ ਸੋਹਣੇ ਰਿਸ਼ਤੇ ਬਣਾਈਏ, ਸੋ ਕਿਸੇ ਦਾ ਵੀ ਦਿਲ ਨਾ ਦਿਖਾਈਏ। ਸੋ ਬਸ ਇੰਨਾ ਹੀ ਕਹਿਣਾ ਚਾਹੂੰਗੀ, ਤੇ ਬਹੁਤ ਸ਼ੁਕਰੀਆ ਸਾਰਿਆਂ ਦੇ ਆਪਣੇ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਬਹੁਤ ਸ਼ੁਕਰੀਆ ਸੰਦੀਪ, ਤੇ ਮੈਂ ਨਾ ਅੱਜ ਸੱਚੀ ਤਹਿ ਦਿਲ ਤੋਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਐਵੇਂ ਦੀ ਸਟੋਰੀ ਲੈ ਕੇ ਆਏ ਹੋ ਜਿਹਦੀ ਕਿ ਸਾਡੇ ਸਮਾਜ ਨੂੰ ਸੁਣਨ ਦੀ ਲੋੜ ਹੈ। ਬਿਲਕੁਲ, ਇਹ ਟਾਈਮ ਦੇ ਅਕੋਰਡਿੰਗਲੀ ਨੀਡਿਡ ਸੀਗੀ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇਹ ਸਟੋਰੀ ਲੈ ਕੇ ਆਏ ਹੋ, ਆਪਾਂ ਸੁਖਦੇਵ ਦੇ ਵੀ ਵਿਚਾਰ ਸੁਣ ਲੈਂਦੇ ਤੇ ਜੀ। ਬਿਲਕੁਲ ਜਿਹੜਾ ਜੀ ਵਧੀਆ ਸਟੋਰੀ ਸੀਗੀ, ਬਹੁਤ ਸਾਰੇ ਵਿਚਾਰ ਸਾਡੇ ਸਰੋਤਿਆਂ ਦੇ ਆਏ, ਔਰ ਤਸਵੀਰ ਦੇ ਦੋਨੇ ਪੱਖ ਹੀ ਜਿਹੜੇ ਆ ਉਹਨਾਂ ਨੇ ਜਿਹੜੇ ਲੋਕ ਕਚਹਿਰੀ ਦੇ ਵਿੱਚ ਰੱਖੇ ਨੇ। ਸਾਡੀ ਵਧੀਆ ਗੱਲ ਲੱਗੀ ਕਿ ਸਾਡੇ ਬੱਚੀ, ਸਾਡੀ ਸਟੂਡੈਂਟ ਵੀ, ਉਸਨੇ ਵੀ ਵਿਚਾਰ ਦਿੱਤੇ ਨੇ ਜੀ, ਬੜੇ ਖੂਬਸੂਰਤ ਵਿਚਾਰ ਸੀਗੇ। ਔਰ ਇਸੇ ਤਰ੍ਹਾਂ ਹੀ ਆਪਾਂ ਜਿਹੜੀ ਕੱਲ੍ਹ ਨੂੰ ਫਿਰ ਕਹਾਣੀ ਦੇ ਨਾਲ ਜੁੜਾਂਗੇ, ਇੱਕ ਨਵੀਂ ਕਹਾਣੀ ਦੇ ਨਾਲ ਸੰਦੀਪ ਹੁਣਾਂ ਦੀ ਜ਼ੁਬਾਨੀ, ਤੇ ਸੰਦੀਪ ਬਹੁਤ ਸ਼ੁਕਰੀਆ, ਕੱਲ੍ਹ ਨੂੰ ਹੁੰਦੀ ਦੁਬਾਰਾ ਗੱਲਬਾਤ। ਜੀ ਬਿਲਕੁਲ, ਬਹੁਤ ਸ਼ੁਕਰੀਆ ਜੀ।